Like the video, subscribe to the channel and press the bell icon for latest video update. ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸ਼ੰਕਰ ਸਿੰਘ ਆਪ ਸਭ ਦਾ ਆਪਣੇ ਇਸ ਪ੍ਰੋਗਰਾਮ ਦੇ ਅੰਦਰ ਬਹੁਤ ਬਹੁਤ ਸਵਾਗਤ ਕਰਦਾ। ਸਾਡੇ ਨਾਲ ਅੱਜ ਮਨੋਹਰ ਸਿੰਘ ਭਾਰਤ ਜੀ ਮੌਜੂਦ ਨੇ, ਜਿਹੜੇ ਕਿ ਪੰਜਾਬ ਦੇ ਨਹੀਂ ਇੰਡੀਆ ਦੇ ਸਭ ਤੋਂ ਵੱਡੇ ਅਦਾਰੇ DD ਦੂਰਦਰਸ਼ਨ ਜਿਹੜਾ ਅਦਾਰਾ ਹੈਗਾ DD ਪੰਜਾਬੀ ਦੇ ਵਿੱਚ ਅਸਿਸਟੈਂਟ ਸਟੇਸ਼ਨ ਡਾਇਰੈਕਟਰ ਦੀ ਪੋਸਟ 'ਤੇ ਰਹਿ ਚੁੱਕੇ ਨੇ ਅਤੇ ਇਸ ਵੇਲੇ ਪੰਜਾਬ ਗ੍ਰੈਂਡ TV YouTube 'ਤੇ ਸਾਨੂੰ ਇਹਨਾਂ ਕੋਲੋਂ ਇਨਫੋਰਮੇਸ਼ਨ ਮਿਲਦੀ ਰਹਿੰਦੀ ਹੈ ਕਰਤਾਰਪੁਰ ਕੋਰੀਡੋਰ ਬਾਰੇ। ਸਰ, ਸਭ ਤੋਂ ਪਹਿਲਾਂ ਤਾਂ ਆਪ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਦੇ ਅੰਦਰ। ਬਹੁਤ ਬਹੁਤ ਮਿਹਰਬਾਨੀ ਸ਼ੰਕਰ ਜੀ। ਸਰ, ਤੁਸੀਂ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਸਾਡੇ ਤੱਕ ਜਿਹੜੀ ਨਵੀਂ ਨਵੀਂ ਕੋਈ ਜਾਣਕਾਰੀ ਪਹੁੰਚਾਉਂਦੇ ਰਹਿੰਦੇ ਹੋ ਪੰਜਾਬ ਗ੍ਰੈਂਡ TV ਦੇ ਮਾਧਿਅਮ ਤੋਂ, ਤੁਸੀਂ ਖੁਦ ਵਿਜ਼ਿਟ ਕਰਕੇ ਆਏ ਹੋ ਕਰਤਾਰਪੁਰ ਕੋਰੀਡੋਰ, ਥੋੜ੍ਹਾ ਸਮਾਂ ਹੋਇਆ ਹਜੇ ਅਤੇ ਕੀ ਵਿਊਜ਼ ਨੇ ਸਾਡੇ ਕਰਤਾਰਪੁਰ ਕੋਰੀਡੋਰ ਬਾਰੇ? ਇਹ ਇਸ ਤਰ੍ਹਾਂ ਸੀ, ਅਸੀਂ ਮੈਂ ਅਤੇ ਮੇਰੀ ਵਾਈਫ ਅਤੇ ਕੁਛ ਹੋਰ ਦੋਸਤ ਸੀਗੇ ਜੀ, ਉਹ 25 ਜਨਵਰੀ ਨੂੰ ਅਸੀਂ ਗਏ ਸੀ ਵਾਇਆ ਕਰਤਾਰਪੁਰ ਕੋਰੀਡੋਰ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ। ਪਹਿਲਾਂ ਤਾਂ ਜਦੋਂ 9 ਨਵੰਬਰ ਨੂੰ ਪਿਛਲੇ ਸਾਲ ਇਹ ਕੋਰੀਡੋਰ ਫੋਰਮਲੀ ਸ਼ੁਰੂ ਹੋਇਆ ਹੈਗਾ, ਇੱਧਰਲੀ ਸਾਈਡ ਤੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਇਨੋਗਰੇਟ ਕੀਤਾ ਸੀ ਜੀ, ਅਤੇ ਉੱਧਰਲੀ ਸਾਈਡ ਤੋਂ ਇਮਰਾਨ ਖਾਨ ਜੀ ਜੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਨੋਗਰੇਸ਼ਨ ਕੀਤਾ ਸੀ ਜੀ, ਅਤੇ ਉਦੋਂ ਤੋਂ ਹੀ ਮਤਲਬ ਲੋਕਾਂ ਨੇ ਜਾਣਾ ਆਉਣਾ ਸ਼ੁਰੂ ਕੀਤਾ ਸੀ। ਮੇਰੀ ਵੀ ਮਨ 'ਚ ਇੱਛਾ ਸੀ, ਕੁਛ ਜਿਹੜੇ ਹੋਰ ਵੀ ਮੇਰੇ ਪ੍ਰੋਗਰਾਮਾਂ 'ਤੇ ਕਮੈਂਟਸ ਆਉਂਦੇ ਸੀ ਵੀ ਤੁਸੀਂ ਵੀ ਆਓ ਤੁਸੀਂ ਵੀ ਆਓ। ਦਸੰਬਰ ਮਹੀਨੇ ਫਿਰ ਮੈਨੂੰ ਦੂਰਦਰਸ਼ਨ ਲਈ ਜਿਹੜਾ ਨਵੇਂ ਸਾਲ ਦਾ ਬੜਾ ਪ੍ਰੈਸਟੀਜੀਅਸ ਪ੍ਰੋਗਰਾਮ ਹੈਗਾ ਹਾਂਜੀ, ਉਹ ਸਾਲ ਵਿੱਚ ਇੱਕੋ ਵਾਰੀ ਬਣਦਾ ਨਿਊ ਈਅਰ ਈਵ 'ਤੇ, ਜਿਹੜਾ ਕਿ 31 ਦਸੰਬਰ ਨੂੰ ਟੈਲੀਕਾਸਟ ਹੁੰਦਾ ਹੈਗਾ ਹਰ ਸਾਲ ਜੀ, ਅਤੇ ਉਹ ਫਿਰ ਮਹੀਨਾ ਕੁ ਮੇਰਾ ਉੱਧਰ ਲੱਗ ਗਿਆ ਦੂਰਦਰਸ਼ਨ ਜਲੰਧਰ ਲਈ ਪ੍ਰੋਗਰਾਮ ਬਣਾਉਣ ਲਈ ਮੈਂ ਬਿਜ਼ੀ ਸੀ ਜੀ, ਅਤੇ ਫਿਰ ਜਨਵਰੀ ਮਹੀਨੇ ਫਿਰ ਅਸੀਂ ਜਿਹੜਾ ਹੈਗਾ ਪਹਿਲੇ ਹਫ਼ਤੇ ਪਲੈਨ ਕੀਤਾ ਅਤੇ ਫਿਰ ਉਹ ਔਨਲਾਈਨ ਤੁਹਾਨੂੰ ਪਤਾ ਬੁਕਿੰਗ ਕਰਾਉਣੀ ਪੈਂਦੀ ਹੈ ਜੀ, ਅਤੇ ਫਿਰ 25 ਜਨਵਰੀ ਅਸੀਂ ਡਿਸਾਈਡ ਕੀਤੀ ਵੀ ਚਲੋ ਸੈਟਰਡੇ ਨੂੰ ਚੱਲਦੇ ਹੈਗੇ ਹਾਂ, ਅਤੇ ਸਵੇਰੇ ਅਸੀਂ ਇੱਥੋਂ ਜਲੰਧਰ ਤੋਂ ਰਾਊਂਡ ਅਬਾਊਟ ਕੋਈ 6:30 ਵਜੇ ਚੱਲੇ ਹੈਗੇ ਜੀ, ਅਤੇ ਕੁਛ ਕੁ ਹੋਰ ਜਿਹੜੇ ਸੱਜਣ ਸੀ ਮਾਡਲ ਟਾਊਨ ਤੋਂ ਲਏ ਹੈਗੇ, ਇੱਕ ਆਪਣੇ ਓਬਰਾਏ ਸਾਹਿਬ ਸਾਡੇ ਦੋਸਤ ਆ ਸਰਬੱਤ ਦਾ ਭੱਲਾ ਟਰੱਸਟ ਹੈਗੇ, ਉਹਨਾਂ ਨੇ ਵੀ ਕੁਛ ਜਿਹੜੇ ਆਪਣੇ ਜਥੇ ਦੇ ਮੈਂਬਰ ਭੇਜਣੇ ਸੀ, ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਸਾਡੇ ਜਿਹੜੇ ਗਰੁੱਪ ਦੇ ਮੈਂਬਰ ਉਹਨਾਂ ਨੂੰ ਵੀ ਨਾਲ ਹੀ ਲੈ ਜਾਇਓ। ਫਿਰ ਅਸੀਂ ਇੱਥੇ ਜਲੰਧਰ ਮਾਡਲ ਟਾਊਨ ਇੱਕ ਮੀਟਿੰਗ ਪੁਆਇੰਟ ਬਣਾਇਆ, ਉੱਥੋਂ ਫਿਰ ਅਸੀਂ ਸਵੇਰੇ ਸਮਝੋ 7 ਵਜੇ ਚੱਲੇ ਜੀ, ਅਤੇ 9:15 ਵਜੇ ਅਸੀਂ ਉੱਥੇ ਪਹੁੰਚ ਗਏ ਇੰਟੈਗਰੇਟਡ ਚੈੱਕ ਪੋਸਟ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਕੋਰੀਡੋਰ ਲਈ ਜੀ। ਉੱਥੋਂ ਬਾਰੇ ਬਹੁਤ ਸਾਰੀ ਮੈਂ ਇੱਕ ਦੱਸਣਾ ਚਾਹੁੰਦਾ ਹੈਗਾ, ਬਹੁਤ ਸਾਰੇ ਸਾਡੇ ਲੋਕ ਡਰਦੇ ਹੈਗੇ ਆ ਕਿੰਨਾ ਟਾਈਮ ਲੱਗਦਾ, ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ, ਪਾਸਪੋਰਟ 'ਤੇ ਮੋਹਰ ਨਹੀਂ ਲੱਗਦੀ, ਜੇ ਹੁੰਦਾ ਵੋ ਹੁੰਦਾ, ਉਹ ਬੜਾ ਸਿੰਪਲ ਪ੍ਰੋਸੈਸ ਹੈਗਾ। ਜਦੋਂ ਤੁਸੀਂ ਜਾਂਦੇ ਹੈਗੇ ਆ ਨੈਚੁਰਲੀ ਆਪਣਾ ਤੁਹਾਡਾ ਪਾਸਪੋਰਟ ਤਾਂ ਨਾਲ ਹੀ ਹੋਏਗਾ, ਇੱਕ ਉਹ ਜਿਹੜੀ ਕੰਪਿਊਟਰਾਈਜ ਸਲਿੱਪ ਹੈਗੀ ETA ਫੋਰਮ ਆ, ਇੱਕ ਉਹ ਨਾਲ ਹੋਏਗਾ। ਓਕੇ, ਅਤੇ ਉਹ ਤੁਸੀਂ ਆਪਣਾ ਪਾਸਪੋਰਟ ਦਿਖਾਓ ਇਮੀਗ੍ਰੇਸ਼ਨ ਵਾਲਿਆਂ ਨੂੰ ਉੱਥੇ, ਅਤੇ ਨਾਲ ਉਹ ਜਿਹੜਾ ਕੰਪਿਊਟਰਾਈਜ਼ ਸਟੇਪ ਬੁਕਿੰਗ 5 ਤੋਂ 7 ਮਿੰਟ ਲੱਗਦੇ ਹੈਗੇ ਕਲੀਅਰ ਹੋਣ ਲਈ। ਸਰ, ਲੋਕਾਂ 'ਚ ਨਾ ਬੜਾ ਇੱਕ ਕਨਫਿਊਜ਼ਨ ਹੈ ਕਿ ਕਿਸੇ ਤਰ੍ਹਾਂ ਦੀ ਸਟੈਂਪ ਪਾਸਪੋਰਟ ਦੇ ਉੱਤੇ ਤਾਂ ਨਹੀਂ ਲੱਗਦੀ? ਨਹੀਂ ਨਹੀਂ, ਮੈਂ ਜਿੰਨੇ ਕੁ ਵੀ ਇੰਟਰਵਿਊ ਵੀ ਕੀਤੇ ਹੈਗੇ, ਬਹੁਤ ਸਾਰੇ ਮੈਨੂੰ ਲੋਕ ਪੁੱਛਦੇ ਰਹਿੰਦੇ ਹੈਗੇ, ਨੌਜਵਾਨ ਵੀ ਪੁੱਛਦੇ ਰਹਿੰਦੇ ਹੈਗੇ ਆ, ਹਾਂਜੀ ਪਾਸਪੋਰਟ 'ਤੇ ਕਿਸੇ ਤਰ੍ਹਾਂ ਦੀ ਕੋਈ ਮੋਹਰ ਨਹੀਂ ਲੱਗਦੀ ਹੈਗੀ, ਪਾਸਪੋਰਟ ਸਿਰਫ ਆਈਡੈਂਟੀਫਿਕੇਸ਼ਨ ਪਰਪਸ ਲਈ ਆ, ਉਹਨਾਂ ਨੇ ਤੁਹਾਡੇ ਇਹ ਫਿੰਗਰ ਪ੍ਰਿੰਟ ਜਾਂ ਉਂਗਲੀਆਂ ਦੇ ਪ੍ਰਿੰਟ ਜ਼ਰੂਰ ਲੈਣੇ ਪੈਂਦੇ ਹੈਗੇ, ਉਦੋਂ ਤੋਂ ਪਤਾ ਲੱਗ ਜਾਂਦਾ ਵੀ ਉਹੀ ਬੰਦਾ ਜਿਹਦਾ ਪਾਸਪੋਰਟ ਹੈਗਾ, ਕਿਉਂਕਿ ਕੁਛ ਲੋਕਾਂ ਦੀ ਹੇਰਾਫੇਰੀ ਦੀ ਟੈਂਡੈਂਸੀ ਵੀ ਹੁੰਦੀ ਹੈਗੀ ਆ ਜੀ, ਅੱਗੇ ਤਾਂ ਪਾਸਪੋਰਟ ਦਾ ਕੋਈ ਫੋਟੋ ਵੀ ਬਦਲ ਲੈਂਦੇ ਸੀ, ਹੋਰ ਹੋ ਜਾਂਦੇ ਸੀ, ਹੁਣ ਅੱਜ ਕੱਲ੍ਹ ਸਾਰਾ ਜਿਹੜਾ ਹੈਗਾ ਬਾਇਓਮੈਟ੍ਰਿਕ ਸਿਸਟਮ ਹੈਗਾ, ਉਹ ਸਿਰਫ ਉਸ ਆਈਡੈਂਟੀਫਿਕੇਸ਼ਨ ਵਾਸਤੇ ਵੀ ਜਿਹੜਾ ਪਾਸਪੋਰਟ 'ਤੇ ਇਹਦੇ ਬਾਇਓਮੈਟ੍ਰਿਕ ਆਈਡੈਂਟੀਫਿਕੇਸ਼ਨ ਹੈ, ਇਹ ਉਹੀ ਬੰਦਾ ਹੈ ਜਿਹੜਾ ਟਰੈਵਲ ਕਰ ਰਿਹਾ ਹੈਗਾ ਜੀ ਜੀ, ਉਹ ਪਤਾ ਲੱਗ ਜਾਂਦਾ ਹੈਗਾ ਉਹਨਾਂ ਨੂੰ ਇਮੀਗ੍ਰੇਸ਼ਨ ਵਾਲਿਆਂ ਨੂੰ, ਫਿਰ ਉਹ ਜਿਹੜੀ ਸਲਿੱਪ ਹੁੰਦੀ ਹੈਗੀ ਹੈ ਕੰਪਿਊਟਰਾਈਜ਼ ਸਲਿੱਪ, ਹਾਂਜੀ ਉਹਦੇ 'ਤੇ ਉਹਨਾਂ ਨੇ ਮੋਹਰ ਲਾ ਦੇਣੀ ਹੈਗੀ ਹੈ, ਤੁਸੀਂ ਆਪਣਾ ਲਗੇਜ ਵਗੈਰਾ ਜੀ ਚੈੱਕ ਕਰਾ ਕੇ ਤੁਸੀਂ ਪਾਕਿਸਤਾਨ ਸਾਈਡ 'ਤੇ ਚਲੇ ਜਾਂਦੇ ਹੈ। ਸਰ, ਜਦੋਂ ਤੁਸੀਂ ਨਨਕਾਣਾ ਸਾਹਿਬ ਪਹੁੰਚੇ, ਡੇਰਾ ਬਾਬਾ ਨਾਨਕ ਇੰਟੈਗਰੇਟਡ ਚੈੱਕ ਪੋਸਟ ਰਾਹੀਂ ਇਮੀਗ੍ਰੇਸ਼ਨ ਕਲੀਅਰ ਕਰਕੇ ਜਦੋਂ ਤੁਸੀਂ ਪਾਕਿਸਤਾਨ ਵਾਲੀ ਸਰਹੱਦ ਕ੍ਰੋਸ ਕਰਦੇ ਹੋ, ਉੱਥੇ ਤੁਹਾਨੂੰ ਜਿੰਨਾ ਵੀ ਉਹਨਾਂ ਦਾ ਆਫਿਸਰ ਸਟਾਫ ਆ ਉਹ ਬੜੇ ਅੱਛੇ ਉਹਨਾਂ ਨੇ ਲਗਾਏ ਹੈਗੇ ਪਾਕਿਸਤਾਨ ਸਾਈਡ ਤੋਂ, ਬੜੇ ਤੁਹਾਨੂੰ ਪੰਜਾਬੀ ਵਿੱਚ ਉਹ
ਵੈਲਕਮ ਕਰਦੇ ਬੜੇ ਨਿੱਘੇ ਪਿਆਰ ਵਾਲੇ ਤਰੀਕੇ ਨਾਲ, ਉਹਨਾਂ ਦੇ ਮੂੰਹੋਂ ਸੁਣ ਕੇ ਬੜਾ ਅੱਛਾ ਲੱਗਦਾ ਹੈਗਾ ਜੀ, ਅਤੇ ਲੋਕ ਬੜੇ ਖੁਸ਼ ਹੁੰਦੇ ਹੈਗੇ। ਫਿਰ ਉੱਥੇ ਨਾਲ ਹੀ ਤੁਸੀਂ ਉਹਨਾਂ ਦੀ ਜਿਹੜੀ ਆ ਆਟੋਮੈਟਿਕ ਉਹ ਜਿਹੜੇ ਟੈਂਪੂ ਜੇ ਹੈ ਉਹਨਾਂ ਵਿੱਚੋਂ ਬਿਠਾ ਕੇ ਤੁਹਾਨੂੰ ਆਪਣੇ ਜਿੱਥੋਂ ਇਮੀਗ੍ਰੇਸ਼ਨ ਵਾਲਾ ਹੈਗਾ ਉੱਥੇ ਲੈ ਜਾਂਦੇ ਹੈਗੇ। ਹਾਂਜੀ, ਉੱਥੋਂ ਤੁਸੀਂ ਉਹ ਜਿਹੜਾ ਹੈਗਾ ਜਿਹਨੇ ਕੋਈ ਪੈਸੇ ਐਕਸਚੇਂਜ ਕਰਾਉਣੇ ਜਾਂ ਫੀਸ ਜਿਹੜੀ $20 ਦੀ ਆ, ਹਾਂਜੀ, ਜੇ ਕਿਸੇ ਕੋਲ $20 ਹੈਗੇ ਆ ਉਹ $20 ਦੇ ਦਿਓ, ਨਹੀਂ ਤਾਂ ਉਹ ਜਿਹੜਾ ਇੰਡੀਅਨ ਰੁਪੀ ਆ ਉਹ ਜਿੰਨੀ ਉਹਦੀ ਉਸ ਸਟੇਟ ਦੀ ਕਰੰਸੀ ਅਮਾਊਂਟ ਹੋਣੀ ਉਹ ਫੀਸ ਜਮ੍ਹਾਂ ਕਰਾ ਲਓ। ਹਾਂਜੀ, ਅਤੇ ਫਿਰ ਜਿਹੜੇ ਤੁਸੀਂ ਕੋਈ ਉੱਧਰੋਂ ਕੋਈ ਚੀਜ਼ ਲੈਣੀ ਆ, ਪਰਚੇਜ ਕਰਨਾ, ਇੰਡੀਅਨ ਮਨੀ ਐਕਸਚੇਂਜ ਕਰਾ ਸਕਦੇ, ਉੱਥੇ ਕਾਊਂਟਰ ਬਣੇ ਹੋ 4-5। ਹਾਂਜੀ, ਅਤੇ ਉੱਥੋਂ ਕਾਊਂਟਰ ਤੋਂ ਜਿਹੜਾ ਹੈਗਾ, ਮੰਨ ਲਓ ਜੇ ਤੁਸੀਂ 5-10 ਹਜ਼ਾਰ ਰੁਪਇਆ ਇੰਡੀਆ ਦਾ ਲਓਗੇ ਤਾਂ ਉਹ ਪਾਕਿਸਤਾਨ ਦੀ ਕਰੰਸੀ ਥੋੜ੍ਹੀ ਜਿਹੀ, ਮੇਰੇ ਖਿਆਲ ਜਦੋਂ ਮੈਂ ਗਿਆ ਸੀ ਉਦੋਂ 165-70 ਰੁਪਏ ਸੀ। ਹਾਂਜੀ, ਉਹ ਕੋਰਸਪੋਂਡਿੰਗ ਪਾਕਿਸਤਾਨ ਵਾਲੀ ਕਰੰਸੀ ਤੁਹਾਨੂੰ ਮਿਲ ਜਾਂਦੀ ਹੈਗੀ ਆ। ਜਿੰਨੀ ਖਰਚਣੀ ਖਰਚ ਲਓ, ਜਿੰਨੀ ਫਿਰ ਬਚ ਜਾਂਦੀ ਹੈਗੀ ਆ ਉਹ ਮੁੜ ਕੇ ਫਿਰ ਇੰਡੀਅਨ ਰੁਪੀ ਵਿੱਚ ਫਿਰ ਐਕਸਚੇਂਜ ਕਰਕੇ ਥੋੜ੍ਹੀ ਜਿਹੀ ਕਾਰਡ ਤੋਂ ਬਾਅਦ ਤੁਹਾਨੂੰ ਫਿਰ ਦੇ ਦਿੰਦੇ ਹੈਗੇ ਜੀ। ਉਹ ਤੋਂ ਬਾਅਦ ਤੁਸੀਂ ਪਾਕਿਸਤਾਨ ਇਮੀਗ੍ਰੇਸ਼ਨ ਜਾਓ, 5-7 ਮਿੰਟ ਉੱਥੇ ਲੱਗਦੇ ਹੈਗੇ ਆ ਜੀ। ਫਿਰ ਬੱਸ ਵਿੱਚ ਉੱਥੋਂ ਤੁਸੀਂ ਬੈਠੋ, 5-7 ਮਿੰਟ ਬੱਸ ਵਿੱਚ ਜਿਹੜਾ ਰਾਵੀ ਦਰਿਆ ਕ੍ਰੋਸ ਕਰਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਉੱਥੇ ਪਹੁੰਚ ਜਾਂਦੇ ਹੈਗੇ ਹਾਂ। ਉੱਥੇ ਵੀ ਇੱਕ ਲੜਕਾ ਅਤੇ ਇੱਕ ਲੜਕੀ ਬੜੇ ਵਧੀਆ ਤਰੀਕੇ ਨਾਲ ਤੁਹਾਨੂੰ ਫੋਰਮਲੀ ਵੈਲਕਮ ਕਰਦੇ ਆ। ਅੱਛਾ ਜੀ, ਇੰਸਟਰਕਸ਼ਨ ਦੇ ਦਿੰਦੇ ਹੈਗੇ ਆ ਜੀ ਵੀ ਤੁਸੀਂ ਆਪਣੇ ਪਾਸਪੋਰਟ ਵਗੈਰਾ ਸਾਂਭ ਕੇ ਰੱਖਿਓ, ਡਾਕੂਮੈਂਟ ਸਾਂਭ ਕੇ ਰੱਖਿਓ, ਹੁਣ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੁਦਾਰੇ ਕਰ ਸਕਦੇ, ਘੁੰਮੋ ਫਿਰੋ, ਅਤੇ 4 ਕੁ ਵਜੇ ਫਿਰ ਆਉਣਾ ਹੁੰਦਾ ਹੈਗਾ। ਉਹ ਕਹਿੰਦੇ ਵੀ 4 ਕੁ ਵਜੇ ਤੁਸੀਂ ਫਿਰ ਆ ਜਾਓ, ਫਿਰ ਮੁੜ ਕੇ ਵਾਪਸ ਜਾਣੇ ਲਈ ਉਹ ਫਿਰ ਜੋ ਉਹਨਾਂ ਦੀ ਫਿਰ ਫਾਰਮੈਲਿਟੀ ਆ ਫਿਰ ਉਹ ਸ਼ੁਰੂ ਹੋ ਜਾਂਦੀ। ਕਿੰਨੇ ਕੁ ਵਜੇ ਤੱਕ ਉੱਥੇ ਰਹਿ ਸਕਦੇ, ਮਤਲਬ ਐਂਡ ਟਾਈਮ ਕੀ ਹੈਗਾ ਜਿੱਦਾਂ ਜਿਹੜੇ ਇੱਧਰ ਯਾਤਰੀ ਗਏ ਮੁੜਨ ਦਾ? 10 ਦਿਨ ਸਮਝੋ, ਲੋਕ ਐਵਰੇਜ 9 ਕੁ ਵਜੇ ਜਾਂਦੇ ਆ ਇੱਥੋਂ, ਸਮਝੋ ਸਾਰਾ ਪ੍ਰੋਸੈਸ ਕੰਪਲੀਟ ਕਰਕੇ 10:15-10 ਵਜੇ ਉੱਧਰ ਪਹੁੰਚ ਜਾਂਦੇ ਤੁਸੀਂ ਗੁਰਦੁਆਰਾ ਸਾਹਿਬ। ਫਿਰ ਮਤਲਬ 10:15-10 ਕੋਈ 10:30 ਪਹੁੰਚਦਾ ਹੈਗਾ। ਹਾਂਜੀ, ਅਤੇ ਉਹ ਸਮਝੋ 10:30 ਤੋਂ ਲੈ ਕੇ 3:30-4 ਵਜੇ ਤਾਈਂ ਤੁਹਾਡੇ ਕੋਲ 4-5 ਘੰਟੇ 5-6 ਘੰਟੇ ਸਫੀਸ਼ੈਂਟ ਟਾਈਮ ਹੁੰਦਾ ਗੁਰਦੁਆਰਾ ਸਾਹਿਬ ਪੂਰਾ ਘੁੰਮਣ ਲਈ, ਅਤੇ ਪੂਰਾ ਹੋਰ ਜੋ ਵੀ ਉਹਨਾਂ ਦੇ ਅਰੇਂਜਮੈਂਟਸ ਹੈਗੇ ਆ ਦੇਖਣ ਲਈ। ਸੋ 4-5 ਘੰਟੇ 6 ਘੰਟੇ ਤੁਸੀਂ ਐਵਰੇਜ ਉੱਥੇ ਰਹਿ ਸਕਦੇ, ਸਫੀਸ਼ੈਂਟ ਟਾਈਮ ਹੁੰਦਾ। ਹਾਂ ਹਾਂ, ਪੂਰਾ ਸਫੀਸ਼ੈਂਟ ਟਾਈਮ। ਉੱਥੇ ਲੋਕਾਂ ਨਾਲ ਤੁਸੀਂ ਗੱਲਬਾਤ ਵੀ ਕੀਤੀ, ਅਤੇ ਕਿਹੜਾ ਮਸਲਾ ਤੁਹਾਨੂੰ ਲੱਗਿਆ ਵੀ ਜਿਹੜਾ ਸੁਲਝਣਾ ਚਾਹੀਦਾ ਹੈਗਾ? ਦੇਖੋ, ਉਹ ਵੀ ਬੇਸਿਕਲੀ ਕਿਉਂਕਿ ਮੇਰਾ ਵੀ ਜ਼ਿੰਦਗੀ ਦਾ ਪਹਿਲਾ ਵਿਜ਼ਿਟ ਸੀ ਆਪਣੇ ਪਾਕਿਸਤਾਨ ਦਾ ਜੀ, ਉਹ ਬੇਸਿਕਲੀ ਪੰਜਾਬ ਦਾ ਹੀ ਹਿੱਸਾ ਹੈਗਾ ਜਿਹੜਾ ਉੱਧਰਲਾ ਪੰਜਾਬ ਹੈਗਾ। ਬਿਲਕੁਲ ਸਾਡੇ ਵਾਂਗੂ ਪੰਜਾਬੀ ਬੋਲਦੇ, ਬਲਕਿ ਸਾਡੇ ਨਾਲੋਂ ਮਿੱਠੀ ਪੰਜਾਬੀ ਹੈ, ਸ਼ੁੱਧ ਬੋਲਦੇ ਹੈਗੇ। ਅਸੀਂ ਤਾਂ ਥੋੜ੍ਹੀ ਜਿਹੀ ਵਿੱਚ ਮਿਲਾਵਟ ਵਾਲੀ ਬੋਲ ਲੈਂਦੇ ਹਾਂ। ਹਾਂਜੀ, ਅਤੇ ਬੜੇ ਮਿਲਾਪੜੇ ਹੈਗੇ, ਬੜੇ ਨਿੱਘੇ ਸੁਭਾਅ ਦੇ ਹੈਗੇ ਆ ਜੀ। ਤੁਹਾਨੂੰ ਇਹ ਫੀਲ ਹੀ ਨਹੀਂ ਹੁੰਦਾ ਹੈਗਾ ਵੀ ਤੁਸੀਂ ਕਿਸੇ ਦੂਸਰੇ ਦੇਸ਼ ਵਿੱਚ ਗਏ ਹੈਗੇ। ਇਵੇਂ ਲੱਗਦਾ ਵੀ ਜਿਵੇਂ ਤੁਸੀਂ ਜਿਹੜਾ ਵੀ ਸ਼ਹਿਰ ਹੈ, ਜਿਵੇਂ ਮੈਂ ਜਲੰਧਰ ਦਾ, ਮੈਨੂੰ ਲੱਗਦਾ ਵੀ ਜਿਵੇਂ ਮੈਂ ਜਲੰਧਰ ਵਿੱਚ ਹੀ ਬੈਠਾ, ਜਲੰਧਰ ਦੇ ਬੰਦੇ ਕਿਸੇ ਨੇਟਿਵ ਸ਼ਹਿਰ 'ਚ ਚਲੇ ਗਏ। ਹਾਂਜੀ ਹਾਂਜੀ, ਅਤੇ ਉਹ ਬੜੇ ਪਿਆਰ ਮੁਹੱਬਤ ਨਾਲ ਮਿਲਦੇ ਹੈਗੇ ਆ। ਹਾਂਜੀ, ਉਹਨਾਂ ਦੇ ਗੋਤਰ ਵੀ ਸਾਰੇ ਜਿੱਦਾਂ ਇੱਥੇ ਹੈਗੇ, ਬਾਜਵੇ ਆਪਣੇ ਚੀਮੇ ਹੈਗੇ ਆ, ਹੋਰ ਹੈਗੇ ਆ ਜਿਹੜੇ ਸਾਡੇ ਨੋਰਮਲ ਗੋਤ, ਉਹੀ ਉਹਨਾਂ ਦੇ ਹੈਗੇ ਆ, ਉਹੀ ਪੰਜਾਬੀ ਸਟਾਈਲ ਆ। ਹਾਂਜੀ, ਉਹ ਜਿਹਦੀ ਗੱਲ ਉਹਨਾਂ ਦਾ ਮਤਲਬ ਦੂਸਰਾ ਹੈ ਅਤੇ ਸਾਡਾ ਦੂਸਰਾ ਹੈਗਾ। ਬਾਕੀ ਵਾਰਮ ਬਹੁਤ ਆ, ਬੜੇ ਨਿੱਘੇ ਆ, ਹੋਸਪਿਟੇਬਲ ਬਹੁਤ ਹੈਗੇ ਆ ਪੂਰੇ। ਮਤਲਬ ਉਹ ਵੀ ਇੱਧਰ ਆਉਣਾ ਚਾਹੁੰਦੇ ਆ, ਉਹ ਵਾਰ ਵਾਰ ਇਹੋ ਕਹਿ ਰਹੇ ਸੀ ਵੀ ਆਪਣੀ ਸਰਕਾਰ ਨੂੰ ਤੁਸੀਂ ਬੇਨਤੀ ਕਰੋ ਵੀ ਸਾਨੂੰ ਵੀ ਇੱਧਰ ਆਉਣ ਦੀ ਇਜਾਜ਼ਤ ਦਿੱਤੀ ਜਾਵੇ, ਅਸੀਂ ਵੀ ਜਿਹੜਾ ਹੈਗਾ ਇੱਧਰ ਆਪਣੇ ਰਿਸ਼ਤੇਦਾਰਾਂ ਨੂੰ ਯਾਰਾਂ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੈ। ਹਾਂਜੀ ਸਰ, ਅਨਾਰਕਲੀ ਬਾਜ਼ਾਰ ਦਾ ਤੁਹਾਡਾ ਮੈਂ ਯੂਟਿਊਬ 'ਤੇ ਦੇਖਿਆ ਸੀ ਵੀ ਤੁਸੀਂ ਉੱਥੇ ਵਿਜ਼ਿਟ ਕੀਤਾ ਹੈਗਾ, ਉੱਧਰਲੇ ਬਾਜ਼ਾਰ ਅਤੇ ਇੱਧਰ ਮਤਲਬ ਕੀ ਡਿਫਰੈਂਸ ਕੀ ਲੱਗਾ ਤੁਹਾਨੂੰ? ਹਾਂਜੀ, ਨਹੀਂ ਜਿਹੜਾ ਅਨਾਰਕਲੀ ਬਾਜ਼ਾਰ ਆ ਉਹ ਫਿਰ ਲਾਹੌਰ ਵਿੱਚ ਆ, ਜਿਹੜਾ ਇੱਥੇ ਇਹਨਾਂ ਨੇ ਬਾਜ਼ਾਰ ਬਣਾਇਆ ਭਾਈ ਜਿੱਤਾ ਜੀ ਮਾਰਕੀਟ, ਉਹ ਗੁਰੂ ਨਾਨਕ ਦੇਵ ਜੀ ਦੇ ਬੜੇ ਪਿਆਰੇ ਜਿਹੜੇ ਗੁਰਸਿੱਖ ਚੇਲੇ ਸੀ ਉਹਨਾਂ ਦੇ ਨਾਂ 'ਤੇ, ਜਿਹੜਾ ਡੇਰਾ ਬਾਬਾ ਨਾਨਕ ਗੁਰਦੁਆਰਾ ਇੱਧਰਲੇ ਸਾਡੇ ਇੰਡੀਆ ਵਾਲੀ ਸਾਈਡ ਤੋਂ। ਹਾਂਜੀ, ਉਹ ਜਿੱਤਾ ਰੰਧਾਵਾ ਜੀ ਨੇ ਉਹ ਉਸ ਵੇਲੇ ਮਤਲਬ ਗੁਰੂ ਜੀ ਨੇ ਜਦੋਂ 4 ਉਦਾਸੀਆਂ ਤੋਂ ਬਾਅਦ ਇੱਥੇ ਫਿਰ ਉਹ ਆਏ ਸੀ, ਇੱਥੇ ਉਹ ਜਿਹੜਾ ਜਿੱਤਾ ਰੰਧਾਵਾ ਇਹਨਾਂ ਨੂੰ ਮਿਲਿਆ ਸੀ ਜੀ। ਬਾਅਦ ਵਿੱਚ ਉਹਨੇ ਉਹ ਜਿਹੜੀ ਜ਼ਮੀਨ ਵੀ ਉਹ ਡੋਨੇਟ ਕਰ ਦਿੱਤੀ ਸੀ ਗੁਰੂ ਜੀ ਨੂੰ, ਜਿਹੜਾ ਡੇਰਾ ਬਾਬਾ ਨਾਨਕ ਗੁਰਦੁਆਰਾ ਆ ਉਹ ਉਸੇ ਲੈਂਡ ਵਿੱਚ ਬਣਿਆ ਹੈਗਾ। ਓਕੇ, ਇੱਦਾਂ ਹੀ ਜਿਹੜੀ ਉੱਥੇ ਉਹਨਾਂ ਨੇ ਭਾਈ ਜਿੱਤਾ ਜੀ ਮਾਰਕੀਟ ਬਣਾਈ ਹੋ ਹੈਗੀ, ਉੱਥੇ ਅਰਾਊਂਡ ਅਬਾਊਟ 40-50 ਅੱਛੀਆਂ ਦੁਕਾਨਾਂ ਹੈਗੀਆਂ,
ਜਿਹਦੇ ਵਿੱਚ ਡਰਾਈ ਫਰੂਟਸ ਦੀਆਂ ਹੈਗੀਆਂ, ਖਾਣੇ ਪੀਣੇ ਲਈ ਕੋਈ ਪਕੌੜੇ ਆ, ਕੋਈ ਸਮੋਸੇ ਹੈਗੇ ਆ, ਮਿਠਾਈ ਦੀਆਂ ਦੁਕਾਨਾਂ ਹੈਗੀ, ਜੁੱਤਿਆਂ ਦੀਆਂ ਦੁਕਾਨਾਂ, ਕੱਪੜਿਆਂ ਦੀਆਂ ਦੁਕਾਨਾਂ ਹੈਗੀਆਂ। ਉੱਧਰੋਂ ਵੀ ਕਾਫੀ ਪਾਕਿਸਤਾਨ ਦੇ ਲੋਕ ਉੱਧਰੋਂ ਆਉਂਦੇ ਹੈਗੇ ਆ, ਉੱਥੇ ਵੀ ਉਹਨਾਂ ਨਾਲ ਖੁੱਲ੍ਹ ਕੇ ਗੱਲਾਂ ਬਾਤਾਂ ਹੁੰਦੀਆਂ ਹੈਗੀਆਂ। ਬਹੁਤ ਇੱਕ ਦੂਜੇ ਨਾਲ ਜਿਵੇਂ ਦੋ ਭਰਾ ਮਿਲਦੇ ਹੈਗੇ ਦੇਰ ਬਾਅਦ, ਇਸ ਤਰੀਕੇ ਨਾਲ ਲੋਕ ਮਿਲਦੇ ਹੈਗੇ। ਕੋਈ ਯਾਦ ਉੱਥੋਂ ਦੀ ਸਾਂਝੀ ਕਰਨਾ ਚਾਹੋ ਸਾਡੇ ਨਾਲ? ਬਸ ਇਹੋ ਆ, ਬੜਾ ਇੱਕ ਤਾਂ ਗੁਰਦੁਆਰਾ ਸਾਹਿਬ ਕੰਪਲੈਕਸ ਜਿਹੜਾ ਹੈਗਾ ਇਮਰਾਨ ਖਾਨ ਦੀ ਸਰਕਾਰ ਨੇ ਬਹੁਤ ਅੱਛਾ ਬਣਾਇਆ ਹੈਗਾ, ਪੂਰਾ ਜੋ ਕੰਪਲੈਕਸ ਹੈਗਾ ਇਹ ਉਹਦੇ ਲਈ ਉਹਨਾਂ ਦੀ ਇਮਰਾਨ ਖਾਨ ਦੀ ਤਾਰੀਫ ਕਰਨੀ ਬਣਦੀ ਹੈਗੀ ਆ। ਹਾਂਜੀ। ਅਤੇ ਬਾਕੀ ਉਹਨਾਂ ਦੇ ਅਰੇਂਜਮੈਂਟਸ ਵੀ ਬਹੁਤ ਅੱਛੇ ਹੈਗੇ ਆ, ਲੰਗਰ ਦਾ ਅਰੇਂਜਮੈਂਟ ਬਹੁਤ ਅੱਛਾ, ਲੰਗਰ ਬੜੇ ਵਧੀਆ ਤੁਹਾਨੂੰ ਤਰੀਕੇ ਨਾਲ ਛਕਾਉਂਦੇ ਹੈਗੇ ਆ ਜੀ। ਅਤੇ ਬਾਕੀ ਉਹਨਾਂ ਦਾ ਉੱਥੇ ਇੱਕ ਹੋਰ ਮਿਊਜ਼ੀਅਮ ਵੀ ਹੈਗੇ, ਉਹ ਵੈਸੇ ਸਾਡੇ ਲੋਕ ਸ਼ਾਇਦ ਇੰਟਰਸਟ ਨਹੀਂ ਜਾਂ ਪਤਾ ਨਹੀਂ, ਘੱਟ ਜਾਂਦੇ ਹੈਗੇ ਆ ਜੀ, ਵਿੱਚ ਵਿੱਚ ਜਾਂਦੇ ਵੀ ਹੈਗੇ। ਉੱਥੇ ਜਿੰਨੀਆਂ ਗੁਰੂ ਜੀ ਨਾਲ ਰਿਲੇਟਡ, ਸਿੱਖ ਇਤਿਹਾਸ ਨਾਲ ਰਿਲੇਟਡ ਉਹਨਾਂ ਨੇ ਪਾਕਿਸਤਾਨ ਦੇ ਜਿਹੜੇ 10 ਅੱਛੇ ਪੇਂਟਰ ਦੇ ਆ ਉਹਨਾਂ ਨੇ ਪੇਂਟਿੰਗਸ ਬਣਾਈਆਂ ਹੈਗੀਆਂ, ਉਹਦੇ ਵਿੱਚ ਪੂਰਾ ਜਿਹੜਾ ਸਿੱਖ ਇਤਿਹਾਸ ਆ ਉਹ ਜਿਹੜਾ ਕਹਿੰਦੇ ਪਹਿਲੀ ਵਾਰੀ ਮਤਲਬ ਸਿੱਖ ਇਤਿਹਾਸ ਜਿਹੜਾ ਪਾਕਿਸਤਾਨ ਦੇ ਬੈਸਟ ਜਿਹੜੇ 10 ਪੇਂਟਰ ਦੇ ਆ ਉਹਨਾਂ ਨੇ ਪੇਂਟ ਕਰਕੇ ਉੱਥੇ ਇੱਕ ਬੜੀ ਵੱਡੀ ਐਗਜੀਬਿਸ਼ਨ ਜਾਂ ਮਿਊਜ਼ੀਅਮ ਟਾਈਪ ਉਹਨਾਂ ਨੇ ਬਹੁਤ ਸੋਹਣਾ ਹੈਗਾ ਜੀ ਜੀ, ਉੱਥੇ ਵੀ ਜਾਣਾ ਚਾਹੀਦਾ ਜਿਹੜੇ ਸਾਡੇ ਸ਼ਰਧਾਲੂ ਹੈਗੇ ਆ ਜੀ। ਅਤੇ ਬਾਕੀ ਜੋ ਗੁਰੂ ਨਾਨਕ ਦੇਵ ਜੀ ਨਾਲ ਰਿਲੇਟਡ ਜਿਸ ਜਗ੍ਹਾ ਉਹ ਜਿਸ ਖੂਹ 'ਤੇ ਉਹ ਆਪਣੀ ਖੇਤੀ ਨੂੰ ਖੇਤਾਂ ਨੂੰ ਪਾਣੀ ਦਿੰਦੇ ਸੀ, ਉਹ ਵੀ ਉੱਦਾਂ ਹੀ ਮੌਜੂਦ ਹੈਗਾ, ਉਹ ਵੀ ਅੱਛੇ ਹੈਗੀਆਂ ਸਾਰੀ ਮੈਮਰੀ। ਉੱਪਰ ਜਦੋਂ ਜਾਂਦੇ ਫਸਟ ਫਲੋਰ 'ਤੇ ਹਾਂਜੀ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਮਹਾਰਾਜ ਤੋਂ ਲੋਕ ਮੱਥਾ ਟੇਕਦੇ ਹੈਗੇ, ਥੱਲੇ ਮਜ਼ਾਰ ਹੈਗੀ ਆ ਅਤੇ ਨਾਲ ਜਿਹੜਾ ਹੈਗਾ ਮਜ਼ਾਰ ਦੇ ਬਿਲਕੁਲ ਐਡਜੋਇਨਿੰਗ ਹੀ ਆ ਇੱਕ ਜਿਹੜਾ ਛੋਟਾ ਜਿਹੜਾ ਸਾਡੇ ਉਸ ਵੇਲੇ ਤਾਂ ਸਿੱਖ ਹੈ ਨਹੀਂ ਸੀ, ਮਤਲਬ ਜਿਹੜੇ ਬਾਬੇ ਨਾਨਕ ਦੇ ਹਿੰਦੂ ਸ਼ਰਧਾਲੂ ਸੀ ਜੀ, ਉਹਨਾਂ ਨੇ ਜਿਹੜਾ ਜਿਸ ਤਰੀਕੇ ਨਾਲ ਹਿੰਦੂ ਤਰੀਕੇ ਨਾਲ ਉਹ ਜਿਹੜੀ ਚੱਦਰ ਦੀ ਉਹਨਾਂ ਨੇ ਰਸਮ ਕੀਤੀ ਸੀ, ਸੰਸਕਾਰ ਕੀਤਾ ਸੀ, ਉਹ ਵੀ ਬਿਲਕੁਲ ਐਡਜੋਇਨਿੰਗ ਹੈਗੇ, ਉਹ ਵੀ ਇੱਕ ਮਤਲਬ ਹਿੰਦੂ ਸਿੱਖ ਏਕਤਾ ਦਾ ਜਾਂ ਮੁਸਲਿਮ ਸਿੱਖ ਜਾਂ ਮੁਸਲਿਮ ਹਿੰਦੂ ਏਕਤਾ ਦਾ ਬਹੁਤ ਇੱਕ ਅੱਛਾ ਪ੍ਰਤੀਕ ਹੈਗਾ ਉਹਦੇ 'ਚ। ਹਾਂਜੀ ਸਰ, ਤੁਹਾਡੇ ਚੈਨਲ ਨੂੰ ਇੱਧਰਲੇ ਸਿੱਖ ਸ਼ਰਧਾਲੂ ਵੀ ਦੇਖਦੇ ਨੇ ਅਤੇ ਪਾਕਿਸਤਾਨ ਦੇ ਸਿੱਖ ਸ਼ਰਧਾਲੂ ਵੀ ਦੇਖਦੇ ਨੇ, ਹਾਂਜੀ ਹਾਂਜੀ, ਉਹਨਾਂ ਨੂੰ ਤੁਸੀਂ ਮੈਸੇਜ ਕੀ ਦੇਣਾ ਚਾਹੋਗੇ? ਦੇਖੋ ਬੇਸਿਕਲੀ ਦੇਖੋ ਜਿਹੜਾ ਦੋਨੋਂ ਕੰਟਰੀਆਂ ਦੇ ਲੋਕ, ਬਸ ਮੈਂ ਤਾਂ ਕਹੂੰਗਾ ਇੱਕੋ ਹੀ ਆ, ਇੱਕੋ ਹੀ ਟੱਬਰ ਆ, ਇਹ ਸਾਡੇ ਜਿਹੜੇ ਫੋਰ ਫਾਦਰ ਆ ਉਹ ਤਾਂ ਸੇਮ ਹੀ ਸੀ, ਦੋਸਤ ਸੀ, ਉਹ ਅਨਫੋਰਚੁਨੇਟਲੀ ਦੋ ਹਿੱਸਿਆਂ ਵਿੱਚ ਵੰਡ ਹੋ ਗਏ ਹੈਗੇ ਆ। ਹਾਂਜੀ। ਉਹਨਾਂ ਦੀ ਇੱਕ ਦੂਜੇ ਲਈ ਸਤਿਕਾਰ ਵੀ ਸੇਮ ਆ, ਭਾਵਨਾਵਾਂ ਵੀ ਸੇਮ ਆ, ਖਾਣਾ ਪੀਣਾ ਲੈਂਗੁਏਜ ਕਲਚਰ ਟਰੈਡੀਸ਼ਨ ਲਗਭਗ ਸੇਮ ਹੈਗਾ ਜੀ, ਅਤੇ ਉਹ ਇੱਕ ਦੂਜੇ ਨੂੰ ਮਿਲਣਾ ਚਾਹੁੰਦੇ ਹੈਗੇ ਆ, ਸਾਡੇ ਲੋਕ ਉਹਨਾਂ ਲੋਕਾਂ ਨੂੰ ਮਿਲਣਾ ਚਾਹੁੰਦੇ, ਸਾਡੇ ਬਹੁਤ ਸਾਰੇ ਹੋਰ ਧਾਰਮਿਕ ਸਥਾਨ ਉੱਧਰ ਆ ਜਿਹੜੇ ਜਿਵੇਂ ਨਨਕਾਣਾ ਸਾਹਿਬ ਹੈਗੇ ਆ ਜੀ, ਫਿਰ ਡੇਰਾ ਸਾਹਿਬ ਹੈ, ਪੰਜਾ ਸਾਹਿਬ ਹੈਗੇ, ਇਸ ਤਰ੍ਹਾਂ ਹਿੰਦੂਆਂ ਦੇ ਹੀ ਬਹੁਤ ਸਾਰੇ ਇੱਥੇ ਉੱਥੇ ਇਤਿਹਾਸਿਕ ਸਥਾਨ ਜਿਵੇਂ ਕਟਾਸ ਰਾਜ ਹੈਗੇ ਆ, ਬਹੁਤ ਉੱਥੇ ਮੰਦਰ ਹਿੰਦੂ ਧਰਮ ਦੇ ਐਂਸ਼ੀਅੰਟ ਹੈਗੇ ਆ। ਹਾਂਜੀ। ਇਸ ਤਰ੍ਹਾਂ ਹੀ ਜਿਹੜੇ ਬੋਧੀ ਧਰਮ ਦੇ ਵੀ ਪਿੱਛੇ ਜੇ ਇਮਰਾਨ ਖਾਨ ਦਾ ਪ੍ਰਧਾਨ ਮੰਤਰੀ ਦਾ ਸਪੀਚ ਸੀ ਵੀ ਸਾਡਾ ਜਿਹੜਾ ਪਾਕਿਸਤਾਨ ਆ ਇਹ ਇੱਕ ਟੂਰਿਸਟ ਹੱਬ ਬਣ ਸਕਦਾ ਹੈਗਾ, ਇਹ ਤਾਂ ਜੇ ਸਰਕਾਰਾਂ ਥੋੜ੍ਹੀ ਜਿਹੀਆਂ ਮਤਲਬ ਪਾਕਿਸਤਾਨ ਇਮਰਾਨ ਖਾਨ ਅੱਗੇ ਨਾਲ ਬਹੁਤ ਲਿਬਰਲ ਪ੍ਰਧਾਨ ਮੰਤਰੀ ਆਏ ਹੈਗੇ ਆ, ਹਾਂਜੀ, ਜੇ ਥੋੜ੍ਹਾ ਜਿਹਾ ਮਤਲਬ ਇਹੋ ਮਤਲਬ ਇਸ ਐਂਗਲ ਤੋਂ ਥੋੜ੍ਹਾ ਜਿਹਾ ਲਿਬਰਲ ਹੋ ਜਾਣ, ਔਨ ਵੀਜ਼ਾ ਦੇ ਦੇਣ 10-12 ਦਿਨ ਦਾ ਜੀ, ਇੱਦਾਂ ਹੀ ਪੂਰੇ ਵਰਲਡ ਤੋਂ ਜਿਹੜੇ ਸਿੱਖ ਆ, ਹਿੰਦੂ ਜਾਂ ਬੋਧੀ ਜਾਂ ਜਿਹੜੇ ਵੀ ਉੱਥੇ ਜਾਂ ਈਵਨ ਨੋਰਮਲ ਟੂਰਿਸਟ ਵੀ ਜੀ 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 ਉੱਥੇ ਜਿਹੜੇ ਦੂਸਰੇ ਪੰਜਾਬ ਦੇ ਬਹੁਤ ਸਾਰੇ ਸਥਾਨ ਇਤਿਹਾਸਿਕ ਦੇਖਣ ਵਾਲੇ ਆ ਜਾਂ ਜਿਹੜੇ ਉਹਨਾਂ ਦੇ ਹੋਰ ਸੂਬੇ ਹੈਗੇ ਆ, ਹਾਂਜੀ, ਉਹ ਦੇਖਣ ਵਾਲੇ ਹੈਗੇ ਆ, ਜੇ ਇੱਦਾਂ ਹੀ ਇੱਧਰਲੀ ਸਾਡੀ ਸਰਕਾਰ ਥੋੜ੍ਹਾ ਜਿਹਾ ਉਹਨਾਂ ਲਈ ਲਿਬਰਲ ਹੋ ਜਾਵੇ, ਮਤਲਬ ਉਹਨਾਂ ਨੂੰ 8-8, 10-10, 12-12 ਦਿਨ ਦਾ ਸੋਸ਼ਲ ਅਤੇ ਉਹਨਾਂ ਦੀ ਜਿਹੜੀਆਂ ਰਿਲੀਜੀਅਸ ਸਾਈਟਸ ਆ ਜਿਵੇਂ ਉਹ ਇੱਧਰ ਜੈਪੁਰ ਵਿੱਚ ਅਜਮੇਰ ਸ਼ਰੀਫ ਆਉਣਾ ਚਾਹੁੰਦੇ ਹੈਗੇ ਆ, ਉਹ ਦੇਖਣਾ ਚਾਹੁੰਦੇ ਹੈਗੇ, ਅਤੇ ਸਰਹੰਦ ਦੇ ਇਲਾਕੇ ਵੀ ਬਹੁਤ ਵੱਡੇ ਇਤਿਹਾਸਿਕ ਮਹੱਤਤਾ ਵਾਲਾ ਇੱਕ ਇਹਨਾਂ ਦਾ ਮੁਸਲਮਾਨਾਂ ਦਾ ਸਥਾਨ ਹੈਗਾ, ਇਸ ਤਰ੍ਹਾਂ ਬਹੁਤ ਸਾਰੇ ਦੋਨਾਂ ਦੇਸ਼ਾਂ ਦੇ ਇੱਦਾਂ ਧਾਰਮਿਕ ਸਥਾਨ ਹੈ ਜਿੱਥੇ ਉਹਨਾਂ ਨੂੰ ਵੀਜ਼ਾ ਦੇ ਕੇ ਅਲਾਓ ਕਰ ਦੇਣਾ ਚਾਹੀਦਾ ਹੈਗਾ। ਸਰ, ਪੋਲੀਟੀਕਲ ਵਿਊ ਵੀ ਥੋੜ੍ਹਾ ਜਿਹਾ ਤੁਹਾਡਾ ਲੈਣਾ ਚਾਹਾਂਗਾ ਕਿ
हर एक जिहड़ा नेता हैगा आ, चाहे वह नरेंद्र मोदी जी ने, साडे पीएम ने, नवजोत सिंह सिद्धू ने, सुखबीर बादल ने, एक ना एक एक जंग आ सारे दे विच भी इहदा क्रेडिट मैनू मिलना चाहिए, मैनू मिलना चाहिए। तुहाडे हिसाब दे नाल सही क्रेडिट किनू जाता है, नवजोत सिंह सिद्धू जां नरेंद्र मोदी जां कोई होर जिहड़ा लीडर हैगा? देखो वैसे जे प्राइमरी क्रेडिट जे ऑर्डर वाइज देखा जाए पहले नंबर पर तो इमरान खान होना दा क्रेडिट बनता है। हाँ जी, जेड़ा उन्होंने यो लंघा खोलन लई जेड़ा कदम पुटिया है जी। दूसरे नंबर पर सिद्धू साहब की चलो पुरानी उन्हों की खेडां की एसोसीएशन हैगी दोस्ती है, बेनती वह जी उन्होंने उन्होंने बेनती की जो उन्होंने स्वीरिंग इन पर गए है, सिद्धू साहब ने भी चलो परसुएड किया ਉਹ ਜਾਂ ਉਹਨਾਂ ਨੇ ਆਪਣੇ ਆਪ ਦਿੱਤਾ ਜਾਂ ਕੀ ਆ, ਚਲੋ ਖੈਰ ਨਹੀਂ ਵੇ ਉਹ ਲਾਂਘਾ ਖੁੱਲ੍ਹ ਗਿਆ। ਤੀਸਰੇ ਨੰਬਰ 'ਤੇ ਮੋਦੀ ਸਾਹਿਬ, ਦੇਖੋ ਪ੍ਰਧਾਨ ਮੰਤਰੀ ਮੋਦੀ ਸਾਹਿਬ ਜੇ ਨਾ ਚਾਹੁੰਦੇ ਤਾਂ ਬਿਲਕੁਲ ਇਹ ਲਾਂਘਾ ਨਹੀਂ ਸੀ ਖੁੱਲ੍ਹਣਾ ਹੈਗਾ। ਇਹਨਾਂ ਤਿੰਨਾਂ ਲੀਡਰਾਂ ਦਾ ਇਕਲੀ ਜਿਹੜਾ ਹੈਗਾ ਧੰਨਵਾਦ ਹੈਗਾ, ਇਹਨਾਂ ਨੇ ਜਿਹੜਾ ਇਹੋ ਕੀਤਾ ਹੈਗਾ। ਪਰ ਇਨ ਜਨਰਲ ਜਿਹੜੇ ਪੰਜਾਬ ਦੇ ਲੋਕ ਆ ਇੱਧਰਲੇ ਉਹ ਸਿੱਧੂ ਸਾਹਿਬ ਨੂੰ ਜ਼ਿਆਦਾ ਕ੍ਰੈਡਿਟ ਦਿੰਦੇ ਹੈਗੇ ਕਿਉਂਕਿ ਇੱਕ ਪੰਜਾਬ ਦਾ ਲੀਡਰ ਹੈਗੇ। ਬਾਕੀ ਇਹਦੇ 'ਤੇ ਬਾਦਲ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਹਰ ਕੋਈ ਲੈਣ ਦੀ ਕੋਸ਼ਿਸ਼ ਕਰਦਾ, ਪਰ ਜਿਹੜੇ ਆਮ ਲੋਕ ਆ ਚਲੋ ਇਹਨਾਂ ਦਾ ਵੀ ਥੋੜ੍ਹਾ ਬਹੁਤਾ ਕੰਟਰੀਬਿਊਸ਼ਨ ਹੈਗਾ, ਮਤਲਬ ਜਿਹੜਾ ਵੀ ਜੋ ਵੀ ਕਿਸ ਕਪੈਸਿਟੀ ਵਿੱਚ ਹੈਗਾ ਆ ਹਾਂਜੀ ਉਹਨੇ ਵੀ ਇੱਕ ਯੋਗਦਾਨ ਪਾਇਆ ਹੈਗਾ। ਇਹ ਕੈਪਟਨ ਅਮਰਿੰਦਰ ਸਰਕਾਰ ਨੇ ਬੜਾ ਵਧੀਆ ਜਿਹੜਾ ਜਦੋਂ ਇਹ ਕੋਰੀਡੋਰ ਬਣਨਾ ਸੀ ਜੀ, ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਾਂਗਰਸ ਦੇ ਮੰਤਰੀ ਹੈਗੇ ਆ ਉਹਨਾਂ ਦੀ ਵੀ ਕੰਟਰੀਬਿਊਸ਼ਨ ਹੈਗੀ ਆ ਜੀ। ਅਤੇ ਖੈਰ ਇਹ ਜਦੋਂ ਜਿਹੜੇ ਹੈਗੇ ਕੁਛ ਕੁ ਥੋੜ੍ਹੀ ਬਹੁਤੀ ਸੁਖਬੀਰ ਬਾਦਲਾਂ ਦੀ ਵੀ ਹੈਗੀ ਆ, ਪਰ ਜੇ ਆਮ ਲੋਕਾਂ ਦੀ ਮੈਂ ਗੱਲ ਕਰੇ ਉਹ ਜਿਹੜਾ ਹੈਗਾ ਪੰਜਾਬ ਦੇ ਲੋਕ ਨਵਜੋਤ ਸਿੰਘ ਸਿੱਧੂ ਨੂੰ ਜੋ ਮੈਂ ਇੰਟਰਵਿਊ ਕਰਦਾ ਹੈਗਾ ਉਹ ਕ੍ਰੈਡਿਟ ਦਿੰਦੇ ਦੇਖਦੇ ਮੈਨੂੰ। ਪਿਛਲੇ ਸਰ ਇੱਕ ਘਟਨਾ ਹੋਈ ਸੀਗੀ ਕਿ ਨਨਕਾਣਾ ਸਾਹਿਬ 'ਤੇ ਕੋਈ ਨਿੱਜੀ ਮਾਮਲੇ ਦੀ ਵਜ੍ਹਾ ਤੋਂ ਪੱਥਰਬਾਜ਼ੀ ਜਿਹੜੀ ਉਹ ਕੁਛ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ। ਇਹ ਇੱਦਾਂ ਦੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਇੱਕ ਦੁਬਾਰਾ ਤੋਂ ਫੋਟੋ ਪਾਉਣ ਲਈ ਉਹ ਚੀਜ਼ ਹੋ ਸਕਦੀ ਹੈ ਕਿ ਇੱਧਰਲੇ ਲੋਕਾਂ ਨੂੰ ਲੱਗਦਾ ਹੈ ਕਿ ਖਰੇ ਉੱਧਰ ਜਿਹੜੇ ਨਹੀਂ ਗਏ ਨੇ ਹੁਣ ਤੱਕ, ਜਿਹੜੇ ਗਏ ਨੇ ਉਹਨਾਂ ਨੂੰ ਤਾਂ ਪਤਾ ਹੈ ਕਿ ਸਾਡੇ ਨਾਲ ਚਲੋ ਫਰੈਂਡਲੀ ਨੇ, ਕਾਫ਼ੀ ਅੱਛੇ ਲੋਕ ਨੇ, ਜਿਹੜੇ ਨਹੀਂ ਗਏ ਨੇ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਗੱਲ ਬੈਠ ਜਾਂਦੀ ਹੈ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂ ਇਹ ਦੱਸਾਂ ਕੀ ਆ, ਦੇਖੋ ਸ਼ਰਾਰਤੀ ਲੋਕ ਹਰ ਕੰਟਰੀ ਵਿੱਚ ਹਰ ਕਮਿਊਨਿਟੀ ਵਿੱਚ ਹੁੰਦੇ ਹੈਗੇ। ਜੇ 98-99% ਲੋਕ ਪੀਸ ਲਵਿੰਗ ਆ, 1-2% ਸ਼ਰਾਰਤੀ ਅਤੇ ਜਿਹੜੇ ਉਹਨੂੰ ਮੈਂ ਕਹਿ ਲਿਆ ਉਲਟੇ ਦਿਮਾਗ ਵਾਲੇ ਹਰ ਕੰਟਰੀ ਵਿੱਚ ਹਰ ਕਮਿਊਨਿਟੀ ਵਿੱਚ ਬੈਠੇ ਹੈਗੇ ਆ। ਇਹ ਜਿਹੜਾ ਸਾਡਾ ਮੀਡੀਆ ਜਾਂ ਅਖਬਾਰਾਂ ਹੈਗਾ ਜਿਹੜੀ ਪੋਜ਼ਿਟਿਵ ਸਾਈਡ ਅਨਫੋਰਚੁਨੇਟਲੀ ਬੜਾ ਘੱਟ ਦਿਖਾਉਂਦਾ, ਜਿਹੜੀ ਕੋਈ ਨੈਗੇਟਿਵ ਸਾਈਡ ਦੀ ਉਹ ਫਿਰ ਫਟਾਫਟ ਉਹ ਪੂਰਾ ਫਲੇਅਰ ਅਪ ਹੋ ਜਾਂਦੀ, ਫਿਰ ਮਾਸ ਫਿਰ ਲੋਕ ਉਸ ਇੰਸੀਡੈਂਟਸ ਤੋਂ ਲੈ ਕੇ ਥੋੜ੍ਹਾ ਜਿਹਾ ਕਈ ਵਾਰੀ ਡਰ ਵੀ ਜਾਂਦੇ ਹੈ, ਡਰ ਜਾਂਦੇ ਜੀ। ਅਤੇ ਅਦਰਵਾਈਜ਼ ਪ੍ਰੈਕਟੀਕਲੀ ਇੱਦਾਂ ਦੀ ਉੱਥੇ ਕੋਈ ਬਹੁਤੀ ਮੈਨੂੰ ਪ੍ਰੋਬਲਮ ਲੱਗੀ ਨਹੀਂ ਹੈਗੀ, ਪਰ ਇੱਦਾਂ ਮੀਡੀਆ ਰਾਹੀਂ ਉਹ ਇਹੋ ਅਸੀਂ ਸੁਣਦੇ ਹੈਗੇ ਹਾਂ। ਹਿੰਦੂ ਲੜਕੀਆਂ ਦੇ ਧਰਮ ਪਰਿਵਰਤਨ ਵੀ ਹੁੰਦੇ ਹੈਗੇ ਆ ਜੀ, ਵਿੱਚ ਵਿੱਚ ਮਾਇਨੋਰਟੀਜ ਦੀ ਵੀ ਖਬਰ ਆਉਂਦੀਆਂ ਰਹਿੰਦੀਆਂ ਹੈਗੀਆਂ ਜੀ। ਇੱਦਾਂ ਦੇ ਇੰਸੀਡੈਂਟਸ ਛੋਟੇ ਮੋਟੇ ਹਰ ਕੰਟਰੀ ਵਿੱਚ ਹਰ ਕਮਿਊਨਿਟੀ ਵਿੱਚ ਥੋੜ੍ਹੇ ਬਹੁਤੇ ਹੁੰਦੇ ਰਹਿੰਦੇ ਹੈਗੇ ਆ, ਪਰ ਜੇ ਕਿਤੇ ਉਹ ਮਤਲਬ ਪਾਕਿਸਤਾਨ ਸਰਕਾਰ ਨੂੰ ਇੱਦਾਂ ਦੇ ਮਾਮਲਿਆਂ 'ਤੇ ਪੂਰਾ ਸਖਤੀ ਵਰਤਣੀ ਚਾਹੀਦੀ ਹੈਗੀ ਜੀ, ਤਾਂ ਕਿ ਮਾਇਨੋਰਟੀਜ਼ ਲਈ ਕਿਸੇ ਨੂੰ ਕੋਈ ਵੀ ਇੱਦਾਂ ਤੰਗ ਪਰੇਸ਼ਾਨ ਨਾ ਕਰੇ ਜੀ। ਇਹ ਜਿੱਥੋਂ ਤੱਕ ਨਨਕਾਣਾ ਸਾਹਿਬ ਦਾ ਇੰਸੀਡੈਂਟ ਸੀ, ਉਹ ਜਿਹੜਾ ਸਖਤ ਸੀ ਜਿਹਨੇ ਇਸ ਤਰ੍ਹਾਂ ਦੀ ਉਹ ਹੁਲੜਬਾਜ਼ੀ ਕੀਤੀ ਸੀ ਜੀ, ਉਹਦੇ 'ਤੇ ਉਹਨਾਂ ਨੂੰ ਅਰੈਸਟ ਕਰ ਲਿਆ ਸੀ। ਅਰੈਸਟ ਕਰਕੇ ਉਹ ਫਿਰ ਜਿਹੜਾ ਬੰਦਾ ਹੈ ਅਜੇ ਤਾਈਂ ਉਹ ਜਿਹੜਾ ਹੈਗਾ ਅੰਦਰ ਹੈਗਾ, ਅੰਦਰ ਹੈਗਾ। ਬਹੁਤ ਸਾਰੇ ਜਿਹੜੇ ਬਾਹਰਲੇ ਲੋਕ ਮੇਰੇ ਪ੍ਰੋਗਰਾਮ ਦੇਖਦੇ ਉਹਨਾਂ ਨੇ ਵੀ ਕਮੈਂਟਸ ਕੀਤੇ ਹੈਗੇ ਆ, ਔਰ ਕਈਆਂ ਨੇ ਵਿਚਾਰਿਆਂ ਨੇ ਸੋਰੀ ਫੀਲ ਕੀਤਾ ਵੀ ਇਹਨੇ ਮਤਲਬ ਸਿੱਖ ਕਮਿਊਨਿਟੀ ਦੇ ਸੈਂਟੀਮੈਂਟਸ ਨੂੰ ਹਰਟ ਕੀਤਾ, ਵੀ ਅਸੀਂ ਵੀ ਫੀਲ ਸੋਰੀ ਫੋਰ ਦਾ ਸੇਮ ਜੀ। ਸਰ ਇਹਦੇ ਰਿਲੇਟਿਡ ਮੈਂ ਤੁਹਾਨੂੰ ਇੱਕ ਹੋਰ ਕੁਐਸਚਨ ਪੁੱਛਦਾ ਹੈਗਾ ਕਿ ਚਲੋ ਨਨਕਾਣਾ ਸਾਹਿਬ 'ਤੇ ਪੱਥਰਬਾਜ਼ੀ ਹੋਈ, ਉਸ ਤੋਂ ਬਾਅਦ 'ਚ ਉੱਧਰਲੀ ਸਰਕਾਰ ਨੇ ਕਾਰਵਾਈ ਵੀ ਕਰ ਦਿੱਤੀ, ਉਹਨੂੰ ਅਰੈਸਟ ਵੀ ਕਰਵਾ ਦਿੱਤਾ, ਉਹਦਾ ਅਗਲੇ ਦਿਨ ਵੀਡੀਓ ਦੇ ਵਿੱਚ ਮਾਫੀਨਾਮਾ ਵੀ ਆ ਗਿਆ ਵੀ ਮੈਂ ਸੋਰੀ ਮੰਗਦਾ। ਕਮੈਂਟਸ ਦੇ ਵਿੱਚ ਵੀ ਤੁਹਾਡੇ ਪ੍ਰੋਗਰਾਮ ਦੇ ਅੰਦਰ ਵੀ ਕਮੈਂਟਸ ਆਉਂਦੇ ਨੇ, ਉਹਦੇ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲਦਾ ਕਿ ਉੱਧਰਲੇ ਲੋਕ ਸੋਰੀ ਫੀਲ ਕਰਦੇ ਨੇ, ਕਿਤੇ ਨਾ ਕਿਤੇ ਉਹਨਾਂ ਨੂੰ ਗਿਲਟੀ ਹੈ ਵੀ ਸਾਡੇ ਦੇਸ਼ 'ਚ ਇਹ ਇੱਧਰ ਇੰਸੀਡੈਂਟ ਹੋਇਆ। ਅੱਛਾ, ਜਦੋਂ ਉੱਧਰ ਇਹ ਚੀਜ਼ ਹੋਈ ਅਤੇ ਇੱਧਰਲੇ ਜਿਹੜੇ ਲੀਡਰ ਸੀਗੇ, ਹੁਣ ਮੈਂ ਸਪੈਸੀਫਿਕ ਨੇਮ ਨਹੀਂ ਲਾਵਾਂਗਾ ਲੇਕਿਨ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਕਿ ਇੱਧਰਲੇ ਜਿਹੜੇ ਲੀਡਰ ਸੀ ਉਹ ਬੋਲ ਰਹੇ ਸੀ ਕਿ ਪਾਕਿਸਤਾਨ ਦੇ ਖਿਲਾਫ ਬਹੁਤ ਹੋ ਗਏ ਸੀ ਵੀ ਉੱਧਰ ਪੱਥਰਬਾਜ਼ੀ ਕੀਤੀ ਗਈ, ਐਂ ਹੋ ਗਿਆ ਜੀ ਜੋ ਹੋ ਗਿਆ। ਇੰਡੀਆ ਦੇ ਅੰਦਰ ਹੀ ਗੁਰਦੁਆਰਾ ਮੰਗੂ ਮਠ ਉੜੀਸਾ ਦੇ ਅੰਦਰ, ਉਹਨੂੰ ਤਾਂ ਢਾਹੀ ਦਿੱਤਾ ਗਿਆ ਅਤੇ ਉਹਦੇ ਉੱਤੇ ਕੋਈ ਬੋਲਿਆ ਨਹੀਂ ਇੱਧਰਲਾ ਇੰਡੀਆ ਦਾ ਲੀਡਰ,
ਮਤਲਬ ਕਿ ਸਾਰੇ ਉੱਤੇ ਚੁੱਪ ਰਹੇ, ਨਾ ਕਿਸੇ ਨੇ ਕੋਈ ਟਿੱਪਣੀ ਕੀਤੀ, ਨਾ ਕੋਈ ਉਹਨਾਂ 'ਤੇ ਕਾਰਵਾਈ ਵੀ ਹੋਈ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈਗਾ? ਦੇਖੋ, ਜਿੰਨੇ ਪੋਲੀਟੀਕਲ ਲੀਡਰ ਆ ਮੋਸਟਲੀ ਜਿਹੜੇ ਹੈਗੇ ਆ, ਮੋਸਟਲੀ 99.9% ਕਹੂੰਗਾ, ਇਹਨਾਂ ਨੇ ਜਦੋਂ ਬਾਹਰਲੇ ਕਿਸੇ ਦੇਸ਼ ਵਿੱਚ ਹੁੰਦਾ ਹੈਗਾ, ਉਹਨਾਂ ਨੇ ਆਪਣੀ ਲੀਡਰੀ ਚਮਕਾਉਣੀ ਹੁੰਦੀ ਹੈਗੀ, ਉਹਦੇ ਵਿੱਚ ਉਹਨਾਂ ਦੇ ਪੋਲੀਟੀਕਲ ਇੰਟਰਸਟ ਹੁੰਦੇ ਹੈਗੇ ਜੀ, ਕਮਿਊਨਿਟੀ 'ਚ ਜੁੜੀਆਂ ਹੁੰਦੀਆਂ, ਆਪਣੇ ਦੇਸ਼ ਵਿੱਚ ਕੋਈ ਹੋਵੇ ਬਹੁਤਾ ਕਈ ਵਾਰੀ ਬੋਦਰ ਨਹੀਂ ਕਰਦਾ ਹੈਗਾ, ਹਾਂਜੀ, ਜਾਂ ਉਹ ਫਿਰ ਕਈ ਵਾਰੀ ਕੀ ਹੁੰਦਾ ਕੋਈ ਕਿਸੇ ਪਾਰਟੀ ਦਾ ਉਹਨਾਂ 'ਤੇ ਇਨਫਲੂਐਂਸ ਹੁੰਦਾ ਜਿਹਦੇ 'ਤੇ ਉਹ ਬੋਲਦੇ ਨਹੀਂ ਹੈਗੇ, ਹਾਂਜੀ, ਅਤੇ ਜਦੋਂ ਬਾਹਰਲੇ ਦੇਸ਼ ਵਿੱਚ ਹੋਵੇ ਫਿਰ ਉਹ ਜਿਹੜਾ ਉਹਨਾਂ ਦੀ ਲੀਡਰੀ ਜਿਹੜਾ ਜ਼ਿਆਦਾ ਉਹਨਾਂ ਨੂੰ ਲੱਗਦਾ ਹੈਗਾ ਚਮਕਣੀ ਹੈਗੀ। ਇਹ ਜਿਹੜੇ ਸਿਆਸਤ ਵਾਲੇ ਲੀਡਰ ਬੜੇ ਥੋੜ੍ਹੇ ਮੈਂ ਦੇਖੇ ਹੈਗੇ ਜਿਹੜੇ ਲਾਈਫ ਵਿੱਚ ਬੈਲੈਂਸ ਅਤੇ ਰੈਸ਼ਨਲ ਹੈਗੇ ਆ ਜੀ, ਅਦਰਵਾਈਜ਼ ਜਿਹੜੀ ਤਾਂ ਪਾਰਟੀ ਇਹਨਾਂ ਦੀ ਰੂਲਿੰਗ ਜਿਹਦੇ ਵਿੱਚ ਹੈਗੇ ਆ ਜੀ, ਜਿਹੜੇ ਉਹਨਾਂ ਨੂੰ ਇੰਟਰਸਟ ਨੂੰ ਉਹ ਸੂਟ ਕਰਦੀ ਹੈਗੀ ਆ ਜੀ, ਫਿਰ ਤਾਂ ਚੁੱਪ ਕਰਕੇ ਬੈਠੇ ਰਹਿੰਦੇ, ਫਿਰ ਇਹਨਾਂ ਨੇ ਬਿਆਨ ਕੋਈ ਨਹੀਂ ਦੇਣਾ ਹੈਗਾ। ਹਾਂਜੀ, ਜੇ ਦੂਜੀ ਨੂੰ ਕਰਦੀ ਹੈਗੀ ਆ ਫਿਰ ਉਲਟੇ ਸਿੱਧੇ ਦੁਨੀਆ ਭਰ ਦੇ ਇਲਜ਼ਾਮ ਤਰਾਸੀ ਜੋ ਵੀ ਹੈ ਇਹਨਾਂ ਨੇ ਲਾਉਣੀ ਸ਼ੁਰੂ ਕਰ ਦੇਣ, ਜਿਹੜੀ ਕਿ ਮਾੜੀ ਗੱਲ ਆ। ਜੇ ਮਤਲਬ ਸਹੀ ਪੋਲੀਟੀਕਲ ਲੀਡਰ ਇਹ ਹੈਗਾ ਜਿਹੜਾ ਕੰਟਰੀ ਪੁਆਇੰਟ ਆਫ ਵਿਊ ਨਾਲ ਸੋਚੇ ਵੀ ਕੰਟਰੀ ਲਈ ਕੀ ਸਹੀ ਆ, ਕੀ ਗਲਤ ਆ। ਹਾਂਜੀ, ਅਤੇ ਜੇ ਉਹਨਾਂ ਦੀ ਪਾਰਟੀ ਨੇ ਵੀ ਕੋਈ ਗਲਤ ਸਟੈਪ ਲਿਆ ਹੈਗਾ, ਉਹ ਇੰਨੀ ਕੁ ਹਿੰਮਤ ਹੋਣੀ ਚਾਹੀਦੀ ਆ ਉਹਨੂੰ ਵਿੱਚ ਉਹਨਾਂ ਨੂੰ ਕਹਿਣ ਦੀ ਵੀ ਜਾਂ ਕ੍ਰਿਟੀਸਾਈਜ਼ ਕਰਨ ਦੀ ਜੀ। ਆਹ ਹੁਣੇ ਮੈਂ ਜਦੋਂ 4-5 ਦਿਨ ਪਹਿਲਾਂ ਮੈਂ ਉੱਥੋਂ ਕਰਤਾਰਪੁਰ ਕੋਰੀਡੋਰ ਦੇ ਲੇਟੈਸਟ ਇੰਟਰਵਿਊ ਕਰਕੇ ਆਇਆ, ਮੈਂ ਬਟਾਲੇ ਇੱਕ BJP ਦੇ ਲੀਡਰ ਦਾ ਇੰਟਰਵਿਊ ਕਰਕੇ ਆਇਆ ਜਿਹੜਾ ਮੈਂ ਆਪਣੇ ਚੈਨਲ 'ਤੇ ਪਾਇਆ ਹੈਗਾ ਜੀ। ਉਹਨੂੰ ਮੈਂ ਸਪੈਸੀਫਿਕਲੀ ਪੁੱਛਿਆ ਵੀ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਬਾਰੇ ਤੁਹਾਡਾ ਕੀ ਵਿਚਾਰ ਹੈਗਾ ਜੀ, ਅਤੇ ਜਿਹੜੀਆਂ ਡੈਮੋਸਟ੍ਰੇਸ਼ਨ ਮੁਸਲਿਮ ਲੋਕ ਕਰ ਰਹੇ ਆ ਉਹਦੇ ਬਾਰੇ ਕੀ ਵਿਚਾਰ ਆ, ਅਤੇ ਜਾਂ ਸਰਕਾਰ ਨੂੰ ਇਹਦੇ ਬਾਰੇ ਰੀਥਿੰਕਿੰਗ ਕਰਨੀ ਚਾਹੀਦੀ। ਉਹਨੇ ਸਪੱਸ਼ਟ ਤੌਰ 'ਤੇ ਕਿਹਾ ਹੈਗਾ ਵੀ ਇਹ ਸਰਕਾਰ ਦਾ ਇਹੋ ਬਹੁਤਾ ਵਧੀਆ ਕਦਮ ਨਹੀਂ ਹੈਗਾ ਜੀ, ਇਹ ਮੈਂ ਇਹਨੂੰ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਵੀ ਇਹਨੂੰ ਵਿਦਡਰਾ ਕਰਕੇ ਇਹਦੇ 'ਤੇ ਰੀਥਿੰਕਿੰਗ ਕਰਨੀ ਚਾਹੀਦੀ। ਇੱਕ ਵਿੱਚ ਵਿੱਚ ਇੱਦਾਂ ਦੇ ਬੋਲਡ ਲੀਡਰ ਵੀ ਮਿਲ ਜਾਂਦੇ ਹੈਗੇ, ਪਰ ਜ਼ਿਆਦਾ ਜਿਹੜੇ ਹੈਗੇ ਆ ਉਹ ਜਿਹੜੇ ਤਾਂ ਉਹਨਾਂ ਦੀ ਪਾਰਟੀ ਵਾਲਾ ਹੈਗਾ ਉਹਦੇ 'ਤੇ ਨਹੀਂ ਬੋਲਦੇ ਹੈਗੇ ਜੀ, ਦੂਜੇ 'ਤੇ ਫਿਰ ਉਹ ਸ਼ੇਰ ਬਣ ਜਾਂਦੇ। ਸਰ, ਪੰਜਾਬ ਦੀ ਜਿਹੜੀ ਰਾਜਨੀਤੀ ਹੈਗੀ ਆ ਉਹ ਕਿਤੇ ਨਾ ਕਿਤੇ ਹੁਣ ਮੋੜ ਲੈਂਦੀ ਪਈ ਆ ਕਿ ਇਸ ਵੇਲੇ ਹੁਣ ਕਾਂਗਰਸ ਸਰਕਾਰ ਹੈਗੀ ਆ, ਦਿੱਲੀ ਦੀਆਂ ਇਲੈਕਸ਼ਨਸ ਹੋਈਆਂ, ਪਿੱਛੇ ਆਪ ਨੂੰ ਭਰਵਾਂ ਹੁੰਗਾਰਾ ਮਿਲਿਆ, BJP ਨੂੰ ਲੋਕਾਂ ਨੇ ਵੱਡੇ ਪੱਧਰ 'ਤੇ ਜਿਹੜਾ ਨਿਗਲੈਕਟ ਕੀਤਾ ਹੈਗਾ। ਪੰਜਾਬ ਦੀ ਆਪਾਂ ਰਾਜਨੀਤੀ ਦੇਖੀਏ, ਹੁਣ ਆਪ ਪਾਵਰ ਦੇ ਵਿੱਚ ਆਈ ਹੈ ਦਿੱਲੀ ਦੇ ਅੰਦਰ, ਅਤੇ ਇੱਥੇ ਭਗਵੰਤ ਮਾਨ ਜੀ ਜਿਹੜੇ ਆਪ ਦੇ ਵਿੱਚ ਸਰਗਰਮ ਹੈਗੇ ਆ ਆਮ ਆਦਮੀ ਪਾਰਟੀ ਦੇ ਵਿੱਚ, ਹੁਣ ਖਬਰਾਂ ਆ ਰਹੀਆਂ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਹੈਗੇ ਆ ਉਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ CM ਕੈਂਡੀਡੇਟ ਦਾ ਚਿਹਰਾ ਬਣ ਸਕਦੇ ਆ। ਹਾਂਜੀ ਹਾਂਜੀ, ਕਰਤਾਰਪੁਰ ਕੋਰੀਡੋਰ ਦਾ ਜਦੋਂ ਉਦਘਾਟਨ ਹੋਇਆ ਸੀ ਜਾਂ ਤਾਂ ਚਲੋ ਸਿੱਧੂ ਸਾਹਿਬ ਨੂੰ ਲੋਕਾਂ ਨੇ ਦਿਲੋਂ ਕ੍ਰੈਡਿਟ ਦਿੱਤਾ ਸੀ ਕਿ ਪੰਜਾਬ ਦਾ ਬੱਬਰ ਸ਼ੇਰ ਹੈ ਜਿਹਨੇ 70 ਸਾਲ ਪੁਰਾਣੀ ਅਰਦਾਸ ਨੂੰ ਫਲ ਲਗਾ ਦਿੱਤਾ, ਲਾਂਘਾ ਖੋਲ੍ਹ ਦਿੱਤਾ, ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਉਹਨਾਂ ਦੀ ਕਾਫ਼ੀ ਸਟਰੋਂਗ ਪੋਜੀਸ਼ਨ ਹੈਗੀ ਹੈ, ਕੀ ਲੱਗਦਾ ਤੁਹਾਨੂੰ ਕਿ ਉਹ ਆਪ ਦੇ ਵਿੱਚ ਆਉਣਗੇ? ਜੇ ਆਉਣਗੇ ਤਾਂ ਉਹ ਕਿੱਦਾਂ ਦੀ ਫਿਰ ਸਿਚੁਏਸ਼ਨ ਬਣੇਗੀ? ਦੇਖੋ, ਜੇ ਪੰਜਾਬ ਦੀ ਪੋਲੀਟੀਕਲ ਸਿਚੁਏਸ਼ਨ ਦੇਖਿਆ ਜਾਵੇ, ਕਾਂਗਰਸ ਦਾ ਗ੍ਰਾਫ ਵੀ ਇਹਨਾਂ ਦੇ ਬਹੁਤ ਸਾਰੇ MLA ਆ ਜੀ, ਉਹ ਓਪਨਲੀ ਕੈਪਟਨ ਅਮਰਿੰਦਰ ਦੇ ਖਿਲਾਫ਼ ਬੋਲਦੇ ਆ। ਜਲੰਧਰ ਤੋਂ ਹੀ ਸਾਡੇ ਪ੍ਰਗਟ ਸਿੰਘ ਹਾਕੀ ਓਲੰਪੀਅਨ, ਸਾਡੇ ਇੰਡੀਅਨ ਟੀਮ ਦੇ ਉਹ ਹੈੱਡ ਵੀ ਰਹੇ ਹੈਗੇ ਆ ਹਾਕੀ ਦੇ ਜੀ, ਉਹ ਵੀ ਇਸ ਵੇਲੇ ਜਲੰਧਰ ਤੋਂ, ਉਹਨਾਂ ਦੀ ਇੰਸੀਡੈਂਟਲੀ ਸਿੱਧੂ ਸਾਹਿਬ ਨਾਲ ਵੀ ਦੋਸਤੀ ਆ, ਉਹ ਵੀ ਕੰਪਲੀਟਲੀ ਇਗਨੋਰਡ ਹੈਗੇ ਆ ਜੀ। ਅਤੇ ਉਹਨਾਂ ਨੇ ਹੁਣ 2-3 ਦਿਨ ਪਹਿਲੇ ਉਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਚਿੱਠੀ ਵੀ ਲਿਖੀ ਸੀ, ਹੋਰ ਵੀ ਬਹੁਤ ਸਾਰੇ MLA ਕੈਪਟਨ ਅਮਰਿੰਦਰ ਦੀਆਂ ਪੋਲਿਸੀਆਂ ਦੀ, ਉਹਨਾਂ ਦੀ ਸਰਕਾਰ ਦੇ ਲੀਡਰਾਂ ਦੀ ਜੀ ਜਾਂ ਬਿਊਰੋਕਰੈਟਸ ਦੀ ਉਹ ਨਿਖੇਧੀ ਕਰਦੇ ਵੀ ਸਾਡੀ ਗੱਲ ਨਹੀਂ ਸੁਣਦੇ ਹੈਗੇ ਜੀ। ਸੋ ਓਵਰਆਲ ਕਾਂਗਰਸ ਦਾ ਤਾਂ ਬਹੁਤਾ ਅੱਛਾ ਐਜ਼ ਔਨ ਟੂਡੇ ਗ੍ਰਾਫ ਨਹੀਂ ਹੋ ਸਕਦਾ, ਇਹੋ 2 ਸਾਲ ਪਏ ਆ ਆਪਣੀਆਂ ਕੁਛ ਨੀਤੀਆਂ ਵਿੱਚ ਸੁਧਾਰ ਕਰਕੇ ਉਹਨੂੰ ਬੈਟਰ ਕਰ ਲੈਣ ਜੀ। ਇਸ ਤਰ੍ਹਾਂ ਹੀ ਅਕਾਲੀ ਦਲ ਦਾ ਵੀ ਉਹ ਹੀ ਜਿਹੜੇ ਮਸਲਾ ਹੈਗਾ, ਬਰਗਾੜੀ ਦਾ ਮਸਲਾ ਉੱਥੇ ਹੀ ਆ, ਨਸ਼ਿਆਂ ਦਾ ਮਸਲਾ ਉੱਥੇ ਹੀ ਆ ਜੀ, ਹੋਰ ਜਿਹੜੇ ਮਸਲੇ ਪੁਰਾਣੇ ਸੀ ਉਹ ਐਸ ਸੱਚ ਹੀ ਚੱਲੀ ਜਾ ਰਹੇ ਹੈਗੇ ਆ, ਜਿਹਦੇ ਕਰਕੇ ਇਹਨਾਂ ਦੀ ਵੀ ਬਹੁਤੀ ਫੋਲੋਇੰਗ ਨਹੀਂ ਹੈਗੀ। ਹਾਂਜੀ, ਇੱਕ ਪਾਸੇ ਉਹ ਟਕਸਾਲੀ ਹੈਗੇ ਆ, ਇੱਕ ਪਾਸੇ ਢੀਂਡਸਾ ਸਾਹਿਬ ਵੀ ਇੱਧਰ ਆ ਗਏ ਹੈਗੇ ਆ ਜੀ ਜੀ, ਅਤੇ ਉਹ ਵੀ ਨੈਚੁਰਲੀ ਉਹਨਾਂ ਦਾ ਉਹ ਇੱਕ ਮਿਸ਼ਨ ਹੈਗਾ, ਉਹ ਇੱਕ ਪੂਰਾ ਐਂਟੀ ਗਰੁੱਪ ਬਣਿਆ ਹੈਗਾ, ਉਹਨਾਂ ਨੇ ਪ੍ਰਾਇਮਰੀ ਟਾਰਗੇਟ ਹੈਗਾ ਵੀ ਇਹ ਬਾਦਲਾਂ ਦੇ ਕੰਟਰੋਲ ਥੱਲੋਂ ਅਸੀਂ ਇਹ ਜਿਹੜੀ SCPC ਆ ਉਹ ਬਾਹਰ ਕੱਢਣੀ ਹੈਗੀ ਜੀ ਜੀ, ਅਤੇ ਉਹ ਨੈਚੁਰਲੀ ਹਰ ਇੱਕ ਕੌਂਸਟੀਚੁਐਂਸੀ 'ਚੋਂ ਜੇ ਮਤਲਬ ਇਹ ਢੀਂਡਸਾ ਸਾਹਿਬ ਆ ਜਾਂ
ਜਿਹੜੇ ਟਕਸਾਲੀ ਆ, ਬ੍ਰਹਮਪੁਰਾ ਜਾਂ ਸੇਖਵਾਂ ਜੀ, ਅਤੇ ਇਹ ਥੋੜ੍ਹਾ ਥੋੜ੍ਹਾ ਜੇ ਆਪਣੀ ਮੇਨ ਕੌਂਸਲਾਂ 'ਚ ਪੰਜ ਪੰਜ ਕੁ ਹਜ਼ਾਰ ਵੋਟਾਂ ਦਾ ਵੀ ਨੁਕਸਾਨ ਕਰਨ, ਅਤੇ ਜਿਹੜੀ ਡੈਮੋਕ੍ਰੇਸੀ ਵਿੱਚ ਪੋਲੀਟੀਕਲ ਜਿਹਨੇ MLA MP ਬਣਨਾ ਹੈਗਾ, 5000 ਇੱਕ ਅੱਛੀ ਅਸੀਂ ਵੋਟ ਕਰ ਲੈਂਦੇ ਹੈਗੇ, ਕਿਉਂਕਿ ਇਹਦੇ ਵਿੱਚ ਤਾਂ ਇੱਕ ਇੱਕ ਵੋਟ ਦੀ ਵੀ ਕਦਰ ਹੁੰਦੀ ਹੈ। ਇਹ ਹੁਣ ਜੋ ਕੇਜਰੀਵਾਲ ਸਾਹਿਬ ਨੇ ਨੈਚੁਰਲੀ ਡਿਵੈਲਪਮੈਂਟ ਕਰਕੇ ਉਹਨਾਂ ਨੇ ਵੋਟਾਂ ਲਈਆਂ ਹੈਗੀਆਂ, ਬਿਲਕੁਲ ਐਜ਼ ਔਨ ਟੂਡੇ ਜੇ ਵਿਦ ਇਨ 6 ਮੰਥਸ ਇਲੈਕਸ਼ਨ ਹੁੰਦੀ ਹੈਗੀ ਆ, ਫਿਰ ਲੋਕਾਂ ਦਾ ਟਿਲਟ ਮੈਨੂੰ ਲੱਗਦਾ ਕੇਜਰੀਵਾਲ ਸਾਹਿਬ ਵੱਲ ਪੰਜਾਬ ਦੇ ਲੋਕਾਂ ਦਾ ਜ਼ਿਆਦਾ ਹੈਗਾ। ਹੁਣ ਰਹੀ ਗੱਲ ਸਿੱਧੂ ਸਾਹਿਬ ਦੀ, ਦੇਖੋ ਇੱਕ ਪਾਸੇ ਭਗਵੰਤ ਮਾਨ ਆ, ਇੱਕ ਪਾਸੇ ਉਹਨਾਂ ਦੇ ਪੁਰਾਣੇ ਲੀਡਰ ਆ ਖਹਿੜਾ ਸਾਹਿਬ ਆ, ਉਹ ਵੀ ਬ੍ਰੇਕਵੇ ਹੋਏ ਹੈਗੇ ਜੀ, ਅਤੇ ਉਹ ਹੁਣ ਜੇ ਤਾਂ ਇਹੋ ਇੱਕ ਜਿਵੇਂ ਸਿੱਧੂ ਸਾਹਿਬ ਜਾਂ ਹੋਰ ਇੱਕ ਵਧੀਆ ਇੱਕ ਕੰਬਾਈਨਡ ਫਰੰਟ ਬਣ ਕੇ ਜੇ ਆਪ ਦੇ ਬੈਨਰ ਥੱਲੇ ਇਕੱਠਾ ਹੋ ਜਾਵੇ ਤਾਂ ਕੋਈ ਬੜੀ ਗੱਲ ਨਹੀਂ, ਵੀ ਅਗਲੀ ਸਰਕਾਰ ਜਿਹੜੀ ਹੈਗੀ ਆ ਜੇ ਸਿੱਧੂ ਸਾਹਿਬ ਇੱਧਰ ਆ ਜਾਂਦੇ ਹੈਗੇ ਤਾਂ ਸਿੱਧੂ ਕੁੱਡ ਵੀ ਨੈਕਸਟ CM ਆਫ ਦਾ ਸਟੇਟ, ਪਰ ਇਹ ਇਸ ਸਟੇਜ 'ਤੇ ਕਹਿਣਾ ਇਟ ਇਜ਼ ਟੂ ਅਰਲੀ, ਕਿਉਂਕਿ ਪੋਲੀਟਿਕਸ ਵਿੱਚ ਫਿਰ ਵੱਖ ਵੱਖ ਪੋਲੀਟੀਸ਼ੀਅਨਾਂ ਦੇ ਫੰਡੇ ਸ਼ੁਰੂ ਹੋ ਜਾਂਦੇ ਆ ਜੀ ਜੀ, ਇਹਨਾਂ ਦੀ ਆਪਸੀ ਖਹਿਬਾਜ਼ੀ ਸ਼ੁਰੂ ਹੋ ਜਾਂਦੀ, ਮੈਂ ਉਹਦੇ ਨਾਲ ਸੂਤ ਨਹੀਂ, ਮੈਂ ਉਹਦੇ ਨਾਲ ਸੂਤ ਨਹੀਂ ਹੈਗਾ ਜੀ ਜੀ, ਪਰ ਸਿੱਧੂ ਸਾਹਿਬ ਦੀ ਜਿੱਧਰਲੀ ਸਾਈਡ 'ਤੇ ਜਾਣਗੇ ਨੈਚੁਰਲੀ ਉਹਨਾਂ ਦਾ ਪੰਜਾਬ ਦੇ ਲੋਕਾਂ ਦਾ ਕਰਤਾਰਪੁਰ ਕੋਰੀਡੋਰ ਕਰਕੇ ਇੱਕ ਲੋਕ ਉਹਨਾਂ ਨੂੰ ਰਿਸਪੈਕਟ ਦੀ ਨਿਗਾਹ ਨਾਲ ਦੇਖਦੇ ਹੈਗੇ, ਉੱਧਰ ਉਹਨਾਂ ਦੀ ਮਤਲਬ ਵੋਟਿੰਗ ਹੋਣ ਦੀ ਕਾਫੀ ਜ਼ਿਆਦਾ ਸੰਭਾਵਨਾ ਹੈਗੀ ਆ। ਕਾਂਗਰਸ ਦਾ ਜ਼ਿਆਦਾ ਜਿਹੜਾ ਹੈਗਾ ਆ ਹੋਲਡ ਆ ਉਹ ਡਿੱਗਿਆ ਕਦੋਂ, ਜਦੋਂ ਤੋਂ ਰਾਹੁਲ ਗਾਂਧੀ ਜੀ ਪ੍ਰੈਜੀਡੈਂਟ ਬਣੇ ਨੇ ਉਦੋਂ ਤੋਂ ਹੋਇਆ, ਤੁਸੀਂ ਕੀ ਸਮਝਦੇ ਹੋ ਇਹ ਸਿਚੁਏਸ਼ਨ ਨੂੰ ਲੈ ਕੇ? ਦੇਖੋ ਰਾਹੁਲ ਗਾਂਧੀ ਅਤੇ ਜੇ ਮੋਦੀ ਸਾਹਿਬ ਦਾ ਕੰਪੈਰੀਜ਼ਨ ਦੇਖਿਆ ਜਾਵੇ, ਖੁਦ ਮੋਦੀ ਸਾਹਿਬ ਦਾ ਨੈਚੁਰਲੀ ਇੱਕ ਤਾਂ ਹੀ ਇਜ਼ ਵੈਰੀ ਗੁੱਡ ਓਰੇਟਰ, ਬਹੁਤ ਅੱਛਾ ਬੋਲਦੇ ਹੈਗੇ ਜੀ, ਅਤੇ ਰਾਹੁਲ ਗਾਂਧੀ ਦੀ ਉਹਦੇ ਮੁਕਾਬਲੇ ਬਹੁਤ ਮਾੜੀ ਪਰਫੋਰਮੈਂਸ ਹੈਗੀ, ਕਿਉਂਕਿ ਜਿਹੜਾ ਲੀਡਰ ਵਿੱਚ ਓਰੇਟਰੀ ਜਿਹੜਾ ਹੈਗਾ ਬਹੁਤ ਅੱਛਾ, ਉਹ ਇੱਕ ਸਪੀਕਰ ਹੋਣਾ ਚਾਹੀਦਾ ਹੈਗਾ ਜੀ ਜੀ। ਦੂਸਰਾ ਜਿਹੜਾ ਹੈਗਾ, ਵੈਸੇ ਕਾਂਗਰਸ ਕੋਲ ਹੋਰ ਬਹੁਤ ਸਾਰੇ ਲੀਡਰ ਸੀ, ਹਾਂਜੀ, ਜੇ ਮੇਰਾ ਨਿੱਜੀ ਓਪੀਨੀਅਨ ਦੇਖਿਆ ਜਾਵੇ, ਜੇ ਕਾਂਗਰਸ ਇਹਨੂੰ ਕੈਪਟਨ ਇਹਨੂੰ ਡਾਕਟਰ ਮਨਮੋਹਨ ਸਿੰਘ ਨੂੰ ਐਜ਼ PM ਕੈਂਡੀਡੇਟ ਜੀ ਪੇਸ਼ ਕਰ ਦਿੰਦੀ ਜੀ, ਹੋ ਸਕਦਾ ਮੋਦੀ ਸਾਹਿਬ ਇਲੈਕਸ਼ਨ ਨਾ ਜਿੱਤੇ, ਕਿਉਂਕਿ ਮਨਮੋਹਨ ਸਿੰਘ ਦੀ ਅਜੇ ਤੱਕ ਉਹਨਾਂ ਦੀ ਜੋ ਉਹਨਾਂ ਨੇ ਕੰਮ ਕੀਤਾ ਹੈਗਾ ਹੋਲਡ ਹੈਗਾ ਪੂਰੇ ਇੰਡੀਆ ਵਿੱਚ, ਪੂਰੇ ਇੰਡੀਆ ਨੂੰ ਛੱਡ ਕੇ ਪੂਰੇ ਵਰਲਡ ਦੇ ਜਿਹੜਾ ਹੈਗਾ ਲੀਡਰ ਉਹਨਾਂ ਦਾ ਇਕਨੋਮਿਕ ਫਰੰਟ 'ਤੇ ਪੂਰਾ ਉਹਨਾਂ ਦੀ ਇੱਜ਼ਤ ਅਤੇ ਮਾਣ ਸਤਿਕਾਰ ਕਰਦੇ। ਪਿੱਛੇ ਜੇ ਬੜਾ ਫੇਸਬੁੱਕ 'ਤੇ ਸੋਸ਼ਲ ਮੀਡੀਆ ਚੱਲਿਆ, ਕਹਿੰਦੇ ਕਿ ਮਨਮੋਹਨ ਸਿੰਘ ਜਿਹੜੇ ਟਾਈਮ ਦੇ ਵਿੱਚ ਇਕਨੋਮੀ ਬੋਲਦੀ ਸੀ, ਅੱਜ ਮੋਦੀ ਸਾਹਿਬ ਬੋਲਦੇ ਨੇ ਇਕਨੋਮੀ ਬੇਹੋਸ਼ ਹੈ, ਉਹਦੇ 'ਤੇ ਕੀ ਕਹਿਣਾ ਚਾਹੂੰਗੀ? ਕਿਉਂਕਿ GDP ਗਰੋਥ ਜੇ ਤਾਂ ਤੁਸੀਂ ਮੋਦੀ ਸਾਹਿਬ ਵਰਸਸ ਜਿਹੜਾ ਮਨਮੋਹਨ ਸਿੰਘ ਜੀ ਦੇਖਿਆ ਜਾਵੇ, ਮਾਫ਼ ਕਰਨਾ ਸਾਡੇ ਜਿਹੜੇ ਪ੍ਰਧਾਨ ਮੰਤਰੀ ਆਦਰਣੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਮਨਮੋਹਨ ਸਿੰਘ ਦੇ ਅੱਗੇ ਨਹੀਂ ਟਿਕ ਸਕਦੇ। ਦੇਖੋ ਉਹ ਉਹਨਾਂ ਦੀ ਇੰਨੀ ਈਵਨ ਜਿਹੜੀ ਪਿਛਲੀ ਟਰਮ ਸੀ ਜਿਹੜੀ ਮੋਦੀ ਸਾਹਿਬ ਦੀ, ਉਹ ਬੇਸਿਕਲੀ ਜਿੰਨੀਆਂ ਪੋਲਸੀਆਂ ਉਹ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਸ਼ੁਰੂ ਕੀਤੀਆਂ ਸੀ ਉਹ ਉਹੀ ਇਨ ਕੰਟੀਨਿਊਟੀ ਚੱਲ ਰਹੀਆਂ ਸੀ, ਉਹ ਲੋਕ ਸਮਝਦੇ ਸੀ ਵੀ ਸ਼ਾਇਦ ਮੋਦੀ ਸਾਹਿਬ ਨੂੰ ਇਹ ਕਰ ਰਹੇ ਹੈਗੇ, ਉਹ ਬੇਸਿਕਲੀ ਡਾਕਟਰ ਮਨਮੋਹਨ ਸਿੰਘ ਦੀਆਂ ਪੋਲਸੀਆਂ ਸੀ। ਆਹ ਹੁਣ ਜਿਹੜੀ ਰਿਸੈਸ਼ਨ ਆਈ ਹੈਗੀ ਆ, ਸਾਡੀ ਇਕੋਨਮੀ ਕਿੰਨੇ ਥੱਲੇ ਲੈਵਲ 'ਤੇ ਚੱਲ ਗਈ ਹੈਗੀ ਆ, ਇਹ ਹੁਣ ਦੇਖੋ ਕਿਵੇਂ ਕੰਟਰੋਲ ਕਰ ਪਾਉਂਦੇ ਹੈਗੇ ਆ, ਪਰ ਓਵਰਆਲ ਜਦੋਂ ਦੇ ਉਹ ਮੋਦੀ ਸਾਹਿਬ ਆਏ ਹੈਗੇ ਕੰਪਨੀ ਦਾ ਜਿਹੜਾ ਇੰਡੀਆ ਦਾ ਜਿਹੜਾ ਇਕਨੋਮਿਕ ਲੈਵਲ ਜਿਹੜਾ ਹੈਗਾ GDP ਕਾਫੀ ਥੱਲੇ ਆਈ ਹੈਗੀ, ਜਿਹੜੀ ਕਿ ਅਜੇ ਤਾਈਂ ਇੰਪਰੂਵ ਮੇਰੇ ਹਿਸਾਬ ਨਾਲ ਨਹੀਂ ਹੋਈ ਹੈਗੀ, ਨਾ ਹੀ ਅਜੇ ਤੱਕ 2-4-6 ਮਹੀਨੇ ਤੱਕ ਹੋਣੇ ਦੀ ਸੰਭਾਵਨਾ ਹੈਗੀ। ਦਰਸ਼ਕੋ ਇਹ ਸਨ ਮਨੋਹਰ ਸਿੰਘ ਭਾਰਤ ਜੀ, ਇਹਨਾਂ ਨਾਲ ਆਪਾਂ ਪੋਲੀਟੀਕਲ ਵਿਊਜ਼ ਵੀ ਲਿੱਤੇ, ਕਰਤਾਰਪੁਰ ਕੋਰੀਡੋਰ ਬਾਰੇ ਵੀ ਵਿਊਜ਼ ਲਿੱਤੇ, ਅਤੇ ਪੰਜਾਬ ਗ੍ਰੈਂਡ TV ਦੇ ਵਿੱਚ ਵੀ ਸਰਗਰਮ ਰਹਿੰਦੇ ਨੇ ਕਰਤਾਰਪੁਰ ਕੋਰੀਡੋਰ 'ਤੇ, ਹੋਰ ਪੋਲੀਟੀਕਲ ਇਸ਼ੂਜ਼ 'ਤੇ ਸਾਨੂੰ ਜਾਣਕਾਰੀ ਦਿੰਦੇ ਰਹਿੰਦੇ ਨੇ, ਇਹਨਾਂ ਨਾਲ ਹੋਰ ਇੱਦਾਂ ਦੀਆਂ ਜਿਹੜੀਆਂ ਜਾਣਕਾਰੀਆਂ ਨੂੰ ਆਪਾਂ ਲੈਂਦੇ ਰਹਾਂਗੇ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ।